ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਖਾਲਸ ਡਾਈਟ ਦੇ ਵਿੱਚ ਅੱਜ ਅਸੀਂ ਖਾਲਸ ਡਾਈਟ ਦਾ 8ਵਾਂ ਭਾਗ ਤੁਹਾਡੇ ਕੋਲ ਲੈ ਕੇ ਹਾਜ਼ਰ ਹੋਏ ਹਾਂ ਯਾਨੀ ਕਿ 2 ਮਹੀਨੇ ਪੂਰੇ ਹੋ ਚੁੱਕੇ ਨੇ ਅੱਜ ਇਸ ਪ੍ਰੋਗਰਾਮ ਨੂੰ ਸ਼ੁਰੂ ਹੋਏ ਤੇ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਦਰਸ਼ਕ ਬਹੁਤ ਹੀ ਚੰਗਾ ਹੰਗਾਰਾ ਇਸ ਪ੍ਰੋਗਰਾਮ ਨੂੰ ਦੇ ਰਹੇ ਨੇ ਤੇ ਬਹੁਤ ਸਾਰੇ ਸਲਾਮ ਮਸ਼ਵਰੇ ਜਾਂ ਬਹੁਤ ਸਾਰੇ ਸਵਾਲ ਵੀ ਤੁਹਾਡੇ ਆਉਂਦੇ ਨੇ ਕਿ ਇਸ ਵਿਸ਼ੇ ਤੇ ਤੁਸੀਂ ਪ੍ਰੋਗਰਾਮ ਕਰੋ ਤਾਂ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਡਾਕਟਰ ਸਾਹਿਬ ਦੇ ਨਾਲ ਜਿਹੜਾ ਜਿਹੜਾ ਵੀ ਟਾਪਿਕ ਤੁਸੀਂ ਦੱਸਦੇ ਹੋ ਉਸ ਤੇ ਅਸੀਂ ਕਿਸੇ ਨਾ ਕਿਸੇ ਦਿਨ ਜ਼ਰੂਰ ਪ੍ਰੋਗਰਾਮ ਕਰੀਏ ਸੋ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀਗੀ ਲਿਵਰ ਦੀ ਲਿਵਰ ਦੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਉਹਨਾਂ ਤੇ ਗੱਲ ਕੀਤੀ ਸੀ ਅੱਜ ਅਸੀਂ ਕਿਹੜੇ ਟੌਪਿਕ ਤੇ ਗੱਲ ਕਰਨ ਲੱਗੇ ਆ ਉਹ ਆਪਾਂ ਡਾਕਟਰ ਸਾਹਿਬ ਤੋਂ ਹੀ ਜਾਣਾਂਗੇ ਡਾਕਟਰ ਸੰਤੋਖ ਸਿੰਘ ਸਾਡੇ ਨਾਲ ਨੇ ਉੱਗੇ ਆਯੁਰਵੇਦ ਮਾਹਿਰ ਨੇ ਅਤੇ ਉੱਗੇ ਡਾਈਟੀਸ਼ੀਅਨ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਖਾਲਸ ਖਾਣਾ ਦੇ ਸਤਿ ਸ੍ਰੀ ਅਕਾਲ ਕੀ ਹਾਲ ਹੈ ਤੁਹਾਡਾ ਠੀਕ ਹੈ ਜੀ ਠੀਕ ਸੋ ਅੱਜ ਆਪਾਂ ਕਿਹੜੇ ਟੌਪਿਕ ਤੇ ਗੱਲ ਕਰਨ ਲੱਗੇ ਆ ਅੱਜਕੱਲ ਕਾਫੀ ਮਰੀਜ਼ ਆ ਰਹੇ ਆ ਆਪਣੇ ਕੋਲ ਨਾ ਯੂਰਿਕ ਐਸਿਡ ਦੇ ਯੂਰਿਕ ਐਸਿਡ ਠੀਕ ਹੈ ਤੇ ਆਪਾਂ ਉਸਤੇ ਗੱਲ ਕਰਾਂਗੇ ਜੀ ਬਿਲਕੁਲ ਸੋ ਬੜੀ ਕਾਮਨ ਬਿਮਾਰੀ ਹੈ ਯੂਰਿਕ ਐਸਿਡ ਤੇ ਬੜਾ ਹੀ ਇੰਪੋਰਟੈਂਟ ਟਾਪਿਕ ਆਪਾਂ ਕਹਿ ਸਕਦੇ ਆ ਤੇ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਵੀ ਜਿਹੜੀ ਸਰੀਰ ਨਾਲ ਜੁੜੀ ਸਮੱਸਿਆ ਹੈ ਬਿਮਾਰੀ ਹੈ ਉਹਨੂੰ ਡਾਈਟ ਦੇ ਨਾਲ ਕਿਵੇਂ ਠੀਕ ਕਰਨਾ ਸੋ ਯੂਰਿਕ ਐਸਿਡ ਯੂ نو ਪਿੰਡਾਂ ਦੇ ਵਿੱਚ ਜ਼ਿਆਦਾਤਰ ਲੋਕ ਯੂਰੀਆ ਵੀ ਕਹਿ ਦਿੰਦੇ ਨੇ ਕਿ ਮੇਰਾ ਯੂਰੀਆ ਵੱਧ ਗਿਆ ਤੇ ਆਮ ਤੌਰ ਤੇ ਜਿਨ੍ਹਾਂ ਨੂੰ ਲੋਕਾਂ ਨੂੰ ਜਾਣਕਾਰੀ ਹੈ ਉਹ ਕਹਿੰਦੇ ਨੇ ਯੂਰਿਕ ਐਸਿਡ ਵੱਧ ਗਿਆ ਇਹ ਬੜੀ ਵੱਡੀ ਸਮੱਸਿਆ ਹੈ ਕਿਹੜੀ ਡਾਈਟ ਖਾਣ ਨਾਲ ਹੀ ਹੁੰਦੀ ਹੈ ਤੇ ਕਿਹੜੀ ਡਾਈਟ ਖਾਣ ਨਾਲ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਉਹ ਤੇ ਆਪਾਂ ਅੱਜ ਕੱਲ ਕਰਾਂਗੇ ਸੋ ਡਾਕਟਰ ਸਾਹਿਬ ਪਹਿਲਾਂ ਮੈਂ ਸਭ ਤੋਂ ਹੀ ਪੁੱਛਾਂਗੀ ਕਿ ਯੂਰਿਕ ਐਸਿਡ ਕੀ ਬਿਮਾਰੀ ਹੈ ਜਿਹੜੀ ਮਤਲਬ ਬਹੁਤਾਤ ਦੇ ਵਿੱਚ ਹੈ ਲੋਕਾਂ ਦੇ ਵਿੱਚ ਸਾਡੇ ਖਾਣੇ ਦਾ ਜਿਹੜਾ ਮੇਨ ਅੰਗ ਹੈਗਾ ਉਹ ਹੈਗਾ ਪ੍ਰੋਟੀਨ ਜੀ ਤੇ ਪ੍ਰੋਟੀਨ ਜਿਹੜਾ ਹੈਗਾ ਨਾ ਪ੍ਰੋਟੀਨ ਦਾ ਇਹ ਐਂਡ ਪ੍ਰੋਡਕਟ ਹੈ ਜਦ ਪ੍ਰੋਟੀਨ ਹਜਮ ਹੁੰਦਾ ਸਾਡੀ ਬਾਡੀ ਦੇ ਵਿੱਚ ਤੇ ਉਹਦੇ ਚ ਐਂਡ ਦੇ ਵਿੱਚ ਇਹ ਜਾ ਕੇ ਬਣਦਾ ਹੈ अच्छा ते यानी कि प्रोटीन ਦੇ ਨਾਲ ਬਣਦਾ ਹੈ ਪ੍ਰੋਟੀਨ ਜਦ ਮੈਟਾਬੋਲਿਟ ਹੁੰਦਾ ਜਦ ਪ੍ਰੋਟੀਨ ਅਸੀਂ ਸਾਡੀ ਬੋਡੀ ਉਹਨੂੰ ਇਨਟੇਕ ਕਰਦੀ ਹੈ ਉਹਨੂੰ ਹজম ਕਰਕੇ ਸਾਡੇ ਮਸਲ ਦੇ ਵਿੱਚ ਲੈ ਕੇ ਜਾਂਦੀ ਹੈ ਉਦੋਂ ਇਹ ਇੱਕ ਇੱਕ ਸਾਈਡ ਇਫੈਕਟ ਤਾਂ ਕੀ ਕਵਾਂਗੇ ਉਹਦਾ ਐਂਡ ਪ੍ਰੋਡਕਟ ਹੈ ਉਹਦਾ ਗੰਧ ਹੈ ਗੰਧ ਹੈ ਠੀਕ ਹੈ ਪ੍ਰੋਟੀਨ ਦਾ ਇੱਕ ਗੰਧ ਹੈ ਜਿਹੜਾ ਅਸੀਂ ਕਹਿੰਦੇ ਹਾਂ ਯੂਰਿਕ ਐਸਿਡ ਨਾਮ ਹੀ ਦੱਸਦਾ ਕਿ ਇਹ ਐਸਿਡ ਹੈ ਯਾਨੀ ਕਿ ਗੰਧੇ ਬਾਹਰ ਨਹੀਂ ਨਿਕਲਿਆ ਤਾਂ ਯੂਰਿਕ ਐਸਿਡ ਬਣ ਗਿਆ ਹਾਂ ਯੂਰਿਕ ਤਾਂ ਆਪਣੇ ਬੋਡੀ ਹੁੰਦਾ ਹੀ ਹੈ ਕਿਹਨੂੰ ਪ੍ਰੋਟੀਨ ਅਸੀਂ ਖਾਂਦੇ ਹੀ ਆਂ ਜੀ ਹੁਣ ਪ੍ਰੋਟੀਨ ਅੱਛਾ ਇਹਦੇ ਵਿੱਚ ਇਹ ਹੁੰਦਾ ਹੈ ਕਿ ਪ੍ਰੋਟੀਨ ਜਿਹੜਾ ਹੈਗਾ ਨਾ ਪ੍ਰੋਟੀਨ ਦੇ ਵਿੱਚ ਇੱਕ ਹੁੰਦਾ ਹੈ ਪਿਊਰਿਨ ਅੱਛਾ ਪਿਊਰਿਨ ਪਿ ਯੂ ਆਰ ਆ ਯਾਨੀ ਇੱਕ ਪਿਊਰਿਨ ਦੀ ਇੱਕ ਵੈਰਾਈਟੀ ਹੈ ਪ੍ਰੋਟੀਨ ਦੀ ਜੀ ਇਹਦੇ ਨਾਲੇ ਵੱਧਦਾ ਅੱਛਾ ਇਹਦੇ ਨਾਲੇ ਵੱਧਦਾ ਹਰ ਪ੍ਰੋਟੀਨ ਦੇ ਨਾਲ ਨਹੀਂ ਵੱਧਦਾ ਤੇ ਹੁਣ ਮਤਲਬ ਮੇਨ ਹੈਗਾ ਕਿ ਆਪਣਾ ਪ੍ਰੋਟੀਨ ਦੇ ਨਾਲ ਜੋ ਆਪਾਂ ਆਮ ਸਾਡੇ ਗੱਲਾਂ ਹੈਗੀਆਂ ਪ੍ਰੋਟੀਨ ਖਾਂਦੇ ਆ ਤੇ ਉਹਦੇ ਨਾਲ ਇਹ ਵੱਜ ਜਾਂਦਾ ਅਸੀਂ ਪ੍ਰੋਟੀਨ ਛੱਡ ਦਿੰਨੇ ਆ ਇਸ ਡਾਈਟ ਦੇ ਵਿੱਚ ਤੇ ਪ੍ਰੋਟੀਨ ਖਾਣਾ ਵੀ ਜ਼ਰੂਰੀ ਹੈ ਹੁਣ ਮੁਸੱਸਿਆ ਹੈ ਕਿ ਖਾਣਾ ਕਿੰਨਾ ਹਾਂਜੀ ਹਾਂਜੀ ਤੇ ਜਿਹੜਾ ਪ੍ਰੋਟੀਨ ਦੇ ਵਿੱਚ ਹੁਣ ਅਸੀਂ ਇਹ ਤੁਹਾਨੂੰ ਦੱਸਿਆ ਹੈ ਕਿ ਪ੍ਰੋਟੀਨ ਦੇ ਵਿੱਚ ਜਿਹੜਾ ਪਿਉਰੀਨ ਹੈ ਜੀ ਉਹ ਕਿਸ-ਕਿਸ ਖਾਣੇ 'ਚ ਹੈਗਾ ਆਪਾਂ ਪਹਿਲੇ ਉਹ ਪਕੜਨਾ ਹੈ ਕਿ ਹਰ ਪ੍ਰੋਟੀਨ 'ਚ ਨਹੀਂ ਹੈ ਯੂਰਿਕ ਐਸਿਡ ਦਾ ਐਂਡ ਪ੍ਰੋਡਕਟ ਬਾਕੀ ਜਿਹੜੇ ਪ੍ਰੋਟੀਨ ਹੈਗਾ ਇਹ 'ਚ ਅਮੀਨੋ ਐਸਿਡ ਹੁੰਦੇ ਨੇ ਇਹ ਸਾਡੇ ਬਾਡੀ ਵਾਸਤੇ ਬਹੁਤ ਜ਼ਰੂਰਤਮੰਦ ਨੇ ਉਹ ਆਪਾਂ ਬੰਦ ਨਹੀਂ ਕਰਨੇ ਤੇ ਆਪਾਂ ਜਿਹੜੇ ਪ੍ਰੋਟੀਨ ਦੇ ਵਿੱਚ ਪਿਉਰੀਨ ਹੈਗਾ ਆਪਾਂ ਸਾਫ਼ ਸਦੇ ਰਕਤਾਂ ਵਿੱਚ ਸਮਝਾਵਾਂਗੇ ਕਿ ਕੀ ਹੁੰਦਾ ਤੇ ਆਪਾਂ ਉਹ ਪਿਊਰੀਨ ਵਾਲੀ ਚੀਜ਼ ਕਰਨੀ ਹੈ ਨੰਬਰ 2 ਕਈ ਬੰਦੇ ਮੈਂ ਦੇਖਿਆ ਹੈ ਕਿ ਮੇਰੇ ਕੋ ਆਉਂਦੇ ਹੈ ਕਿ ਡਾਕਟਰ ਸਾਹਿਬ ਅਸੀਂ ਤਾਂ ਪ੍ਰੋਟੀਨ ਖਾਂਦੇ ਹੀ ਨਹੀਂ ਅੱਛਾ ਅਸੀਂ ਪ੍ਰੋਟੀਨ ਛੱਡ ਹੀ ਦਿੱਤਾ ਤੇ ਸਾਡਾ ਫੇਰ ਵੀ ਵਧਿਆ ਆਉਂਦਾ ਹੈ ਉਹਦਾ ਜਵਾਬ ਇਹ ਹੈ ਕਿ ਜਿਹੜੇ ਬੰਦੇ ਪ੍ਰੋਟੀਨ ਛੱਡ ਦਿੰਦੇ ਨੇ ਖਾਣਾ ਉਹ ਮੋਟੇ ਹੋ ਜਾਂਦੇ ਹੂੰ ਉਹ ਤਾਂ ਮੋਟੇ ਹੋ ਜਾਂਦੇ ਹਾਂ ਇਨਸੂਲਿਨ ਰੈਜ਼ਿਸਟੈਂਸ ਹੈ ਨਾ ਜਿਨ੍ਹਾਂ ਦਾ ਫੈਟ ਜ਼ਿਆਦਾ ਹੈਗਾ ਉਹਨਾਂ ਦੇ ਵਿੱਚ ਆਪਾਂ ਕਹਿ ਦਿੰਦੇ ਆ ਕਿ ਉਹ ਮਿੱਠਾ ਜ਼ਿਆਦਾ ਖਾਂਦੇ ਆ ਹਾਂਜੀ ਠੀਕ ਹੈ ਇਹਦੇ ਵਿੱਚ ਇੱਕ ਹੋਰ ਸ਼ਰਾਬੀ ਤੱਤ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਲਾਸਟ ਟਾਈਮ ਵੀ ਕਿ ਜਿਹੜਾ ਮਿੱਠੇ ਨਹੀਂ ਖਾਂਦੇ ਇਹ ਤੇ दारू ਅਗਰ ਪਿੰਦੇ ਆ ਹੂੰ ਹੈਨਾ ਬਿਲਕੁਲ दारू ਵਾਲਾ ਕੰਮ ਵੀ ਆ ਗਿਆ ਐਲਕੋਹਲ ਵਾਲਾ ਕੰਮ ਵੀ ਆ ਗਿਆ ਮਿੱਠੇ ਤੇ दारू ਬੰਦੀ ਹੈ ਮਤਲਬ ਕਹਿੰਦਾ ਮਤਲਬ ਹੈ ਕਿ ਜਿਹੜਾ ਇਹ ਇਹ ਜਿਹੜਾ ਤਾਮਸੀਪ ਹੋ ਜਾਂਦਾ ਨਾ ਹਾਂਜੀ ਆਹ दारू ਹੋ ਗਈ ਆਹ ਮੀਟ ਹੋ ਗਿਆ ਜੀ ਜੀ ਇਹ ਇਹ ਜਿਹੜਾ ਹੈਗਾ ਇੰਟਰੈਕਟ ਵੇ ਨਾਲ ਸਾਡੇ ਯੂਰਿਕ ਐਸਿਡ ਨੂੰ ਬਦ ਜਾਂਦਾ ਹੈ ਹਾਂਜੀ ਤੇ ਇੱਕ ਇੱਕ ਲਾਸਟ ਜਿਹੜਾ ਪੁਆਇੰਟ ਆਂਦਾ ਹੈ ਕਿ ਜਿਹੜੇ ਬੰਦੇ दारू ਵੀ ਨਹੀਂ ਪੀਂਦੇ ਮੋٹے ਵੀ ਨਹੀਂ ਹੈਗੇ ਪ੍ਰੋਟੀਨ ਵੀ ਆਪਣਾ ਉਹ ਠੀਕ-ਠਾਕ ਹੀ ਖਾਂਦੇ ਨੇ ਤੇ ਵਜਨ ਦਾ ਫਿਰ ਵਜਨ ਜਾਂਦਾ ਹੈ ਉਹਨਾਂ ਦਾ ਪ੍ਰੋਬਲਮ ਕੀ ਹੁੰਦੀ ਹੈ ਕਿ ਉਹਨਾਂ ਦੀ ਕਿਡਨੀ ਉਹਨਾਂ ਦੀ ਕਿਡਨੀ ਉਹ ਯੂਰਿਕ ਐਸਿਡ ਨੂੰ ਬਾਹਰ ਨਹੀਂ ਕੱਢ ਰਹੀ ਹੁੰਦੀ ਅੱਛਾ ਉਹਨ ਯੂਰਿਕ ਐਸਿਡ ਦਾ 70 ਤੋਂ 75 ਜਿਹੜਾ ਪਤਿਹਸ਼ਤ ਹੈਗਾ ਜਿਹੜਾ ਗੰਦ ਦਾ ਉਹ ਸਾਡਾ ਪਿਸ਼ਾਬ ਕੱਢਦਾ ਹੈ ਤੇ 20 ਤੋਂ 25% ਹੈਗਾ ਉਹਦਾ ਸਟੂਲ ਕੱਢਦਾ ਹੈ ਠੀਕ ਹੈ ਤੇ ਇਹਦੇ ਵਿੱਚ ਕਿਡਨੀ ਦਾ ਖਾਸ ਰੋਲ ਹੈ ਯੂਰਿਕ ਐਸਿਡ ਦਾ ਤੁਸੀਂ ਆਪਣਾ ਕਿਡਨੀ ਟੈਸਟ ਕਰਾਉਗੇ ਨਾ ਤੇ ਉਹਦੇ ਵਿੱਚ ਯੂਰੀਆ, ਕਰੀਟਨਿਨ, ਕਰੀਟਨਿਨ ਤੇ ਆਪਣਾ ਇਹ ਚੀਜ਼ਾਂ ਸਾਰੀਆਂ ਆਂਦੀਆਂ ਨੇ ਠੀਕ ਹੈ ਉਹ ਜਿਹੜੀਆਂ ਚੀਜ਼ਾਂ ਆਂਦੀਆਂ ਨੇ ਉਹਦੇ ਵਿੱਚ ਉਹ ਇੱਕ ਗੰਧ ਹੈ ਪ੍ਰੋਟੀਨ ਦਾ ਠੀਕ ਹੈ ਤੇ ਉਹ ਪ੍ਰੋਟੀਨ ਦਾ ਇੱਕ ਗੰਧ ਹੈਗਾ ਕਿ ਜਿਹੜਾ ਸਾਡੀ ਕਿਡਨੀ ਬਾਅਰ ਨਹੀਂ ਕੱਢ ਪਾਉਂਦੀ ਇਸ ਕਰਕੇ ਜਿਨ੍ਹਾਂ ਨੂੰ 슈ਗਰ ਦੀ ਬਿਮਾਰੀ ਹੈਗੀ ਹੈ ਟਾਈਪ 2 ਜੀ ਜਿਨ੍ਹਾਂ ਦੇ ਕਿਡਨੀ ਦੇ ਵਿੱਚ ਕੋਈ ਡਿਜ਼ੀਜ਼ ਹੈਗੀ ਹੈ ਜਿਨ੍ਹਾਂ ਦਾ ਬੀਪੀ ਵਧਿਆ ਰਹਿੰਦਾ ਹੈ ਤੇ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈਗੀ ਹੈ ਜੀ ਹੈਨਾ ਤੇ ਥਾਇਰੋਇਡ ਵੀ ਬੜਾ ਹੌਟ ਟਾਪਿਕ ਹੈ ਅਸੀਂ ਅੱਜ ਦੁਬਾਰਾ ਪਕੜਾਂਗੇ ਇਹਨੂੰ ਤੇ ਜਿਨ੍ਹਾਂ ਨੂੰ ਆ ਬਿਮਾਰੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਯੂਰਿਕ ਐਸਿਡ ਵਧਿਆ ਰਹਿਣ ਦੀ ਸੰਭਾਵਨਾ ਹੁੰਦੀ ਹੈ ਤੇ ਤੁਸੀਂ ਇਹ ਪ੍ਰੋਪਰ ਇਹਦਾ ਬਲੱਡ ਟੈਸਟ ਹੁੰਦਾ ਤੇ ਉਹ ਕਰਵਾਉਣਾ ਹੈ ਜੀ ਤੇ ਇਹ ਦੀ ਭੂਮਿਕਾ ਹੋਗੀ ਕਿ ਹੈ ਕੀ ਚੀਜ਼ ਹੈ ਹੈ ਕੀ ਚੀਜ਼ ਹੈ ਬਿਲਕੁਲ ਸੋ ਹੁਣ ਉਹੀ ਤੁਸੀਂ ਦੱਸਿਆ ਕਿ ਕਿਹੜੀ ਡਾਈਟ ਤੁਸੀਂ ਉਹ ਮੋਟਾ-ਮੋਟਾ ਦੱਸਤਾ ਕਿ ਪ੍ਰੋਟੀਨ ਹੈ ਜਿਹੜੇ ਜਿਹਦੇ ਵਿੱਚ ਇਹ ਚੀਜ਼ਾਂ ਨੇ ਉਹ ਨਹੀਂ ਖਾਣੀ ਤੇ ਹੁਣ ਡਾਈਟ ਦੇ ਵਿੱਚ ਕਿਵੇਂ ਪਤਾ ਲੱਗੂ ਆਪਾਂ ਨੂੰ ਕਿ ਕਿਹੜੀ ਚੀਜ਼ ਦੇ ਵਿੱਚ ਹੈ ਜਿਹੜਾ ਤੁਹਾਨੂੰ ਸਮਝਾਇਆ ਕਿ ਪ੍ਰੋਟੀਨ ਦੇ ਵਿੱਚ ਜਿਹੜਾ ਪਿਊਰੀਨ ਹੈ ਹਾਂਜੀ ਹੁਣ ਜਿਹੜਾ ਪਿਊਰੀਨ ਜਿਹੜਾ ਮਿਲਦਾ ਹੈ ਨਾ ਇਹਦੇ ਮੋٹے ਅੱਖਰਾਂ ਵਿੱਚ ਗੱਲ ਇਹ ਹੈ ਕਿ ਜਿਹੜੇ ਸੀ ਫੂਡ ਨੇ ਠੀਕ ਹੈ ਜਿਹੜੇ ਆਪਣੇ ਸ਼ੋਤਾ ਬਾਹਰ ਰਹਿੰਦੇ ਨੇ ਇੰਡੀਆ ਤੋਂ ਹੈਨਾ ਆਪਣੇ ਇੰਡੀਆ ਵਿੱਚ ਤਾਂ ਸੀ ਫੂਡ ਵੈਸੇ ਵੀ ਨਹੀਂ ਮਿਲਦਾ ਤੇ ਜਿਹੜੇ ਬਾਹਰ ਰਹਿੰਦੇ ਨੇ ਉਹ ਜ਼ਿਆਦਾ ਲੈਂਦੇ ਆ ਜ਼ਿਆਦਾ ਖਾਂਦੇ ਨੇ ਤੇ ਲੋਬਸਟਰ ਵਗੈਰਾ ਹੋ ਗਿਆ ਪ੍ਰੌਨਸ ਵਗੈਰਾ ਹੋ ਗਿਆ ਖਾਂਦੇ ਨੇ ਜਾਂ ਆਰਗਨ ਫੂਡ ਇਸ ਤਰ੍ਹਾਂ ਆਪਾਂ ਜਿਹੜੇ ਨਾਨ ਵੇਜ ਖਾਂਦੇ ਨੇ ਇੱਕ ਕਲੇਜੀ ਜ਼ਿਆਦਾ ਖਾਂਦੇ ਅੱਛਾ ਉਹ ਕਹਿੰਦੇ ਆ ਕਿ ਲਿਜੀ ਵਿੱਚ ਵਿਟਾਮਿਨ ਏ ਡੀ ਮਿਲਦਾ ਇਹਨਾਂ ਵਿੱਚ ਪਿਉਰੀਨ ਮਿਲਦਾ ਹੈ ਭਾਈ ਸਾਹਿਬ ਇਹ ਜਿਹੜੀ ਆਰਗਨ ਫੂਡ ਹੈ ਨਾ ਇਹ ਬਿਲਕੁਲ ਨਹੀਂ ਖਾਣਾ ਇਹ ਬਿਲਕੁਲ ਨਹੀਂ ਖਾਣਾ ਜਿਹੜੇ ਕਿ ਐਸਿਡ ਤੋਂ ਬਚਣ ਲਈ ਹਾਂ ਹਮ ਸਭ ਤੋਂ ਪਹਿਲਾਂ ਆ ਗਿਆ ਕਿ ਆਪਾਂ ਸੀ ਫੂਡ ਨਹੀਂ ਖਾਣਾ ਠੀਕ ਹੈ ਜੀ ਉਸ ਤੋਂ ਬਾਅਦ ਆਉਂਦਾ ਜਿਹੜੇ ਮੀਟ ਤੇ ਆਪਾਂ ਗਲ ਕਰਦੇ ਹਾਂ ਕਿ ਮੀਟ ਦੇ ਵਿੱਚ ਹੀ ਪਿਉਰਿਨ ਮਿਲਦਾ ਠੀਕ ਹੈ ਠੀਕ ਹੈ ਤੇ ਜਿਹੜੇ ਮੀਟ ਦੇ ਵਿੱਚ ਰੈੱਡ ਮੀਟ ਖਾਂਦੇ ਆ ਇਸ ਤਰ੍ਹਾਂ ਇੱਥੇ ਹੋਣ ਇੱਕ ਗੋਠ ਹੋ ਗਈ ਹੈ ਨਾ ਇਹ ਚੀਜ਼ਾਂ ਖਾਂਦੇ ਨੇ ਰੈੱਡ ਮੀਟ ਹੁੰਦੇ ਆ ਸਕਿਨ ਵਾਲੇ ਐਨੀਮਲ ਵਾਲੇ ਹੁੰਦੇ ਜਿਹੜੇ ਅੱਛਾ ਉਹ ਰੈੱਡ ਮੀਟ ਕਹਿੰਦੇ ਆ ਉਹ ਆਪਾਂ ਉਹਨਾਂ ਵਿੱਚ ਹੀ ਪਿਉਰਿਨ ਜ਼ਿਆਦਾ ਮਿਲਦਾ ਹੈ ਠੀਕ ਹੈ ਤੇ ਜਿਹੜਾ ਨੰਬਰ 1 ਇਹਦਾ ਸ਼ੈਤਾਨ ਹੈਗਾ ਸਭ ਤੋਂ ਵੱਡਾ ਉਹ ਹੈਗਾ ਸੀ ਫੂਡ ਪਰ ਆਪਣੇ ਇੰਡੀਆ ਵਿੱਚ ਤਾਂ ਸੀ ਫੂਡ ਹੈ ਨਹੀਂ ਆਪਾਂ ਇੰਡੀਆ ਦੀ ਗੱਲ ਕਰਦੇ ਆਂ ਇੰਡੀਆ ਦੇ ਵਿੱਚ ਲੋਕੀ ਜਿਹੜੇ ਐਲਕੋਹਲ ਬਹੁਤ ਜ਼ਿਆਦਾ ਪੀਂਦੇ ਠੀਕ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਚਾਂਸ ਹੈ ਯਾਨੀ ਕਿ ਉਹ ਤਾਂ ਛੱਡ ਹੀ ਦੇਣ ਹਾਂ ਜੇ ਬਚਣਾ ਹੈ ਬਿਲਕੁਲ ਬਿਲਕੁਲ ਹੁਣ ਐਲਕੋਹਲ ਕੀ ਕਰਦਾ ਤੁਹਾਨੂੰ ਸਮਝਾਇਆ ਨਾ ਕਿ ਯੂਰਿਕ ਐਸਿਡ ਹੈ ਇੱਕ ਤਜਾਬ ਹੈ ਬਿਲਕੁਲ ਠੀਕ ਹੈ ਨਾਮ ਤੋਂ ਹੀ ਪਤਾ ਹ ਹ ਅਸੀਂ ਖਾਣ ਦੇ ਵਿੱਚ ਤਜਾਬ ਬਣਾਉਣ ਵਾਲੀਆਂ ਚੀਜ਼ਾਂ ਅਗਰ ਖਾਵਾਂਗੇ ਤੇ ਯੂਰਿਕ ਐਸਿਡ ਵਧੇਗਾ ਸੋਖਿਆ ਕਰਨ ਦੇ ਵਿੱਚ ਜੀ ਅਗਰ ਅਸੀਂ ਤਜਾਬ ਘਟਾਉਣ ਵਾਲੀਆਂ ਜਿਨ੍ਹਾਂ ਅਸੀਂ ਬੇਸਿਕ ਕਹਿ ਦਿੰਦੇ ਆ ਐਸਿਡ ਦਾ ਉਲਟਾ ਬੇਸਿਕ ਹੁੰਦਾ ਨਾ ਅਸੀਂ ਬੇਸਿਕ ਵੈਜੀਟੇਬਲਸ ਜਾਂ ਫਰੂਟ ਜਾਂ ਡਾਈਟ ਖਾਵਾਂਗੇ ਜੀ ਜੀ ਉਹ ਕਿੱਥੋਂ ਮਿਲਦੀਆਂ ਉਹ ਮੈਂ ਸਮਝਾਉਂਗਾ ਤੇ ਬੇਸਿਕ ਚੀਜ਼ਾਂ ਖਾਵਾਂਗੇ ਤਾਂ ਇਨਡਾਇਰੈਕਟ ਵੇ ਨਾਲ ਇਹ ਯੂਰਿਕ ਐਸਿਡ ਇਹ ਘਟੇਗਾ ਠੀਕ ਹੈ ਤੇ ਆਪਾਂ ਇਹ ਚੀਜ਼ਾਂ ਦਾ ਧਿਆਨ ਦੇਣਾ ਹੈ ਕਿ ਜਿਹੜਾ ਅਲਕੋਹਲ ਪਿੰਦਾ ਹੈ ਉਹ ਅਲਕੋਹਲ ਵਿੱਚ ਲੋਕੀ ਕਹਿੰਦੇ ਆ ਜੀ ਮੈਂ ਬੀਅਰ ਪੀਂਦਾ ਤੇ ਮੈਨੂੰ ਪਥਰੀ ਬਾਹਰ ਆ ਜਾਂਦੀ ਹੈ ਮੈਂ ਆਪਾਂ ਪਥਰੀ ਦੀ ਗੱਲ ਨਹੀਂ ਕਰ ਰਹੇ ਇੱਥੇ ਇੱਥੇ ਅਸੀਂ ਯੂਰਿਕ ਐਸਿਡ ਦੀ ਗੱਲ ਕਰ ਰਹੇ ਹਾਂ ਜਿਹੜਾ ਅੱਛਾ ਹੁਣ ਕਹੋਗੇ ਤੁਸੀਂ ਐਲਕੋਹਲ ਕਿਸ ਤਰ੍ਹਾਂ ਵਧਾਉਂਦਾ ਹੈ ਇਹ ਤਾਂ ਪਿਉਰਿਨ ਹੈ ਨਹੀਂ ਤੁਸੀਂ ਮਤਲਬ ਨਹੀਂ ਪਿਉਰਿਨ ਆ ਵਧਦਾ ਹੈ ਇਹ ਕੀ ਚੱਕਰ ਹੈ ਕਿ ਇਹ ਐਲਕੋਹਲ ਜਿਹੜਾ ਹੈਗਾ ਨਾ ਇਹ ਸਾਡੇ ਸਰੀਰ ਚੋਂ ਪਾਣੀ ਬਾਹਰ ਕੱਢਦਾ ਹੈ ਠੀਕ ਹੈ ਸਾਨੂੰ ਪਿਸ਼ਾਬ ਜ਼ਿਆਦਾ ਆਉਂਦਾ ਹੈ ਸਾਨੂੰ ਇਹ ਐਲਕੋਹਲ ਪੀਣ ਤੋਂ ਬਾਅਦ ਬੀਅਰ ਪੀਣ ਤੋਂ ਬਾਅਦ ਇਹਦਾ ਪਿਸ਼ਾਬ ਕੱਢਦਾ ਹੈ ਨਾ ਇਹ ਕੱਢਣ ਕਰਕੇ ਸਾਡੇ ਸਰੀਰ ਦੇ ਵਿੱਚ ਯੂਰਿਕ ਐਸਿਡ ਦੀ ਮਾਤਰਾ ਵਧ ਜਾਂਦੀ ਹੈ ਵਧ ਜਾਂਦੀ ਹੈ ਕਿਉਂਕਿ ਜਿੰਨਾ ਉਹ ਥੜਾ ਜਿਹੜਾ ਸ਼ੂਰੀਚਾ ਹੈਗਾ ਉਹ ਪਸ਼ਾਬ ਬਾਹਰ ਨਿਕਲ ਗਿਆ ਪਾਣੀ ਬਾਹਰ ਨਿਕਲ ਗਿਆ ਸ਼ੂਰੀਚੋਂ ਤੇ ਉਹ ਵੱਧ ਗਈ ਵੈਲਿਊ ਤੇ ਇਸ ਕਰਕੇ ਜਦ ਵੀ ਲੋਕੀ ਜਿਹੜੇ ਬੀਅਰ ਪਿੰਦੇ ਨੇ ਜ਼ਾਰੂ ਪਿੰਦੇ ਨੇ ਇਹਨਾਂ ਨੂੰ ਅਤੀ ਪੀਂਦੇ ਨੇ ਸਵੇਰੇ ਇਹਨਾਂ ਦੇ ਦਰਦ ਆਉਣੇ ਸ਼ੁਰੂ ਹੋ ਜਾਂਦੀਆਂ ਅੱਛਾ ਯੂਰਿਕ ਐਸਿਡ ਹੁੰਦਾ ਕੀ ਆ ਆਪਾਂ ਵੀ ਦੱਸ ਦਈਏ ਜਿਹੜੇ ਆਪਣੇ ਪੈਰਾਂ ਦੇ ਅੰਗੂਠੇ ਆ ਨਾ ਮੈਟਾਟਾਰਸਲ ਜਿਹੜਾ ਫਰੈਂਜੀਅਲ ਜੋਇੰਟ ਹੈ ਯਾਨੀ ਆਪਾਂ ਸਮਝੀਏ ਕਿ ਜਿਹੜਾ ਅੰਗੂਠਾ ਹੈ ਜਿੱਥੇ ਆਪਣਾ ਅੰਗੂਠਾ ਹੈਗਾ ਨਾ ਸੈਂਟਰ ਦੇ ਵਿੱਚ ਇੰਨੀ ਜ਼ਬਰਦਸ ਲਾਲੀ ਤੇ ਪੇਨ ਆਂਦੀ ਹੈ ਹੀ ਬੰਦਾ ਤੁਰ ਨਹੀਂ ਪੰਦਾ ਬੂਟ ਨਹੀਂ ਪਾ ਪੰਦਾ ਅੱਛਾ ਚਪਲਾ ਨਹੀਂ ਪਾ ਪੰਦਾ ਜੀ ਤੇ ਮੈਂ ਤਾਂ ਇਹ ਪੈਰਾਂ 'ਚ ਪਕੜਦਾ ਟੋ ਫਿੰਗਰ ਤੇ ਉਸ ਤੋਂ ਬਾਅਦ ਇਹ ਹੱਤਾਂ ਦੇ ਜੋੜਾਂ ਦੇ ਪਕੜਦਾ ਛੋਟੇ ਜੋੜ ਪਕੜਦਾ ਇਹ ਠੀਕ ਹੈ ਉੱਥੋਂ ਵੀ ਮਤਲਬ ਲਾਲ ਹੋ ਜਾਂਦਾ ਹਾਂ ਲਾਲੀ ਇੱਥੇ ਆ ਜਾਂਦੀ ਸਾਈਡ ਦੇ ਵਿੱਚ ਅੰਗੂਠੇ ਕੋਲ ਆ ਜਾਂਦੀ ਹੈ ਠੀਕ ਹੈ ਤੇ ਇਹ ਜਿਹੜਾ ਮੈਂ ਨਹੀਂ ਅੰਗੂਠਾ ਪਕੜਨਾ ਹੈ ਕਿਉਂ ਅੰਗੂਠਾ ਕਿਉਂ ਪਕੜਨਾ ਹੈ ਸਭ ਤੋਂ ਜ਼ਿਆਦਾ ਅੰਗੂਠਾ ਹਿੱਲਦਾ ਸਾਡੇ ਹੱਥਾਂ ਚੋਂ ਅੰਗੂਠਾ ਸਰਸਦਾ ਹਿਲਦਾ ਅੱਛਾ ਤੇ ਜਿਹੜਾ ਮਤਲਬ ਕੀ ਆਪਣਾ ਹੱਥ ਮੈਕਸਿਮਮ ਹਿੱਲੇਗਾ ਉਥੇ ਤੁਹਾਨੂੰ ਪਤਾ ਲੱਗੇਗਾ ਨਾ ਹਾਂਜੀ ਹੋਾਂ ਚੀਂਚੀ ਉਂਗਲ ਤਾਂ ਆਪਣੀ ਹਿਲਦੀ ਨਹੀਂ ਜ਼ਿਆਦਾ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤਿੰਨ ਚੀਜ਼ਾਂ ਤਿੰਨ ਗ੍ਰੰਦ ਦਰਦਾਂ ਬਹੁਤ ਜ਼ਿਆਦਾ ਹੁੰਦੀਆਂ ਪੈਰਾਂ ਦੇ ਵਿੱਚ ਵੀ ਆਪਣੇ ਅੰਗੂਠਾ ਬਹੁਤ ਜ਼ਿਆਦਾ ਹਿਲਦਾ ਉਥੇ ਪੇਨ ਆਉਂਦੀ ਹੈ ਠੀਕ ਹੈ ਜੀ ਇਹ ਸੋਚ ਵੀ ਜਾਂਦੀ ਹੈ ਸੋਚ ਵੀ ਜਾਂਦੀ ਹੈ ਲਾਲ ਹੋ ਜਾਂਦੀਆਂ ਮੈਡਮ ਜਿਨ੍ਹਾਂ ਨੂੰ ਹੈਗੀ ਤਕਲੀਫ ਉਹਨਾਂ ਨੂੰ ਪਤਾ ਹੋਏਗਾ ਕਿ ਇਹ ਤੁਰ ਨਹੀਂ ਪੰਦੇ ਉਹ ਤੇ ਇਹ ਹੁੰਦਾ ਐਕਿਊਟ ਅਕਿਊਟ ਸਟੇਜ ਆ ਗਈ ਬਹੁਤ ਜ਼ਿਆਦਾ ਵਧੀ ਵੀ ਚੀਜ਼ ਆ ਗਈ ਤੇ ਇਹ ਜਿਹੜਾ ਜੋਇੰਟ ਦੇ ਵਿੱਚ ਹੁਣ ਦਰਦ ਕਿਉਂ ਹੁੰਦੀ ਹੈ ਕਿ ਜੋਇੰਟ ਦੇ ਵਿੱਚ ਇੱਕ ਜਿਹੜਾ ਆਇਲ ਹੁੰਦਾ ਹੈ ਜਿਸ ਨਾਲ ਆਪਣਾ ਜੋਇੰਟ ਚੱਲਦਾ ਹੈ ਸਾਨੂੰ ਮਹਿਸੂਸ ਨਹੀਂ ਹੁੰਦਾ ਹਿਲ ਰਿਹਾ ਉਹਦੇ ਵਿੱਚ ਕਿਰਕ ਆ ਜਾਂਦੀ ਹੈ ਅੱਛਾ ਉਹ ਜਿਹੜੀ ਕਿਰਕ ਹੈ ਨਾ ਉਹਨੂੰ ਆਪਾਂ ਸਮਝੀਏ ਕਿ ਯੂਰਿਕ ਐਸਿਡ ਹੈ ਯਾਨੀ ਕਿ ਕੁਝ ਫੀਲ ਹੋਣਾ ਚਾਹੀਦਾ ਤੁਹਾਨੂੰ ਐ ਫੀਲ ਹੋ ਰਹੀ ਰੇਤ ਆ ਗਈ ਅੱਛਾ ਐ ਫੀਲ ਹੋਏਗਾ ਕਿ ਕੁਝ ਨਾ ਮਤਲਬ ਮੈਂ ਫ੍ਰਿਕਸ਼ਨ ਦੀ ਆਗਿਆ ਇੱਥੇ ਉਹ ਜਿਹੜੀ ਫ੍ਰਿਕਸ਼ਨ ਹੈ ਨਾ ਉਹ ਯੂਰਿਕ ਐਸਿਡ ਹੈ ਰੇ ਜਿਹੜੀ ਮੈਂ ਚੀਜ਼ ਬੋਲੀ ਹੈ ਯੂਰਿਕ ਐਸਿਡ ਇਜ਼ ਫਾਊਂਡ ਇਨ ਅ ਫਾਰਮ ਆਫ ਕ੍ਰਿਸਟਲਸ ਇਹ ਇੱਕ ਕ੍ਰਿਸਟਲਾਈਨ ਹੈ ਇਹ ਦਾਣੇ ਵਾਂਗੂ ਹੁੰਦਾ ਹੈ ਖੂਨ ਦੇ ਵਿੱਚ ਅੱਛਾ ਤੇ ਇਹਨੂੰ ਕਿਡਨੀ ਫਟਾਫਟ ਬਾਹਰ ਕੱਢਦੀ ਹੈ ਤੇ ਇਹਦੀ ਨਾਰਮਲ ਵੈਲਿਊ ਹੈਗੀ ਹੈ ਹਾਂ ਇੱਕ ਸਵਾਲ ਹੋਰ ਆਉਂਦਾ ਹੈ ਕਿ ਆਦਮੀਆਂ ਤੇ ਔਰਤਾਂ 'ਚ ਕਿੰਨਾ ਕੁ ਨਾਰਮਲ ਹੈ ਅੱਛਾ ਇਹ ਡਿਫਰੈਂਟ ਡਿਫਰੈਂਟ ਲੈਬ ਦੇ ਡਿਫਰੈਂਟ ਡਿਫਰੈਂਟ ਵੈਲਿਊਸ ਆndੀਆਂ ਨੇ ਤਾਂ ਮੋਟਾ ਮੋਟਾ ਦੱਸ ਦਿੰਨਾ ਹੈ ਕਿ ਇਹ ਮੇਲਸ ਦੇ ਵਿੱਚ ਇਹ ਜ਼ਿਆਦਾ ਮਾਤਰਾ ਚ ਪਾਇਆ ਜਾਂਦਾ ਹੈ। ਅੱਛਾ ਉਹਨਾਂ ਦੀ 7 ਮਿਲੀਗ੍ਰਾਮ ਪਰ ਡੈਸੀਲੀਟਰ ਉਹ ਅਲਾਉਡ ਹੈ। 7 ਸਮਝੋ ਤੁਸੀਂ। ਜਿਹੜੀ ਫੀਮੇਲਸ ਹੈਗੀਆਂ ਉਹ 5 ਤੋਂ ਉੱਪਰ ਹੈਗਾ ਤਾਂ ਉਹ ਧਿਆਨ ਰੱਖਣ। ਠੀਕ ਹੈ। ਤੇ ਮੇਲਸ ਹੈਗੇ ਆ ਜਿਹੜੇ ਉਹ 7 ਤੋਂ ਉੱਪਰ ਹਾਂ। ਹਾਂ। ਇਹ ਸੱਤ ਮੰਨ ਲਈ ਇੱਕ ਬੈਲੈਂਸਡ ਜਿਹੜਾ ਹੈਗੀ ਹੈ ਰਿਕੁਆਇਰ ਇਹ ਮੇਲ ਦੇ ਵਿੱਚ ਜ਼ਿਆਦਾ ਹੀ ਵੈਲਿਊ ਹੈਗੀ ਹੈ ਇਹਦੀ। ਠੀਕ ਹੈ। ਤੇ ਜਿਹੜੀ ਉਹ ਕਿਰਕ ਆ ਜਾਂਦੀ ਹੈ ਸਾਡੇ ਜੋੜ ਦੇ ਵਿੱਚ ਉਹਨੂੰ ਅ ਕੈਦਨੇ ਆ ਜਾਂ ਸੀਨ ਨੂੰ ਗਠੀਆ ਕੈਦਨੇ ਆ ਹਾਂ ਅਸਾ ਉਹ ਵੀ ਗਠੀਆ ਵੀ ਗਠੀਆ ਦੀ ਦੇਖੋ ਕਈ ਵੈਰਾਈਟੀ ਹੈਗੀਆਂ ਉਹਦੇ ਵਿੱਚੋਂ ਇੱਕ ਵੈਰਾਈਟੀ ਹੈਗੀ ਹੈ ਯੂਰਿਕ ਐਸਿਡ ਦੀ ਜਿਹਨੂੰ ਆਪਾਂ ਗਾਊਟ ਨੂੰ ਕੈਦਨੇ ਇਹ ਆਂਦਾ ਆਰਥਰਾਈਟਿਸ ਦੀ ਵੈਰਾਈਟੀ ਦੇ ਵਿੱਚ ਹੀ ਹੈ ਆਰਥਰਾਈਟਿਸ ਮੀਨਸ ਕਿ ਜੋੜਾਂ ਦੇ ਵਿੱਚ ਦਰਦ ਹੋਣਾ ਇਨਫਲੇਮੇਸ਼ਨ ਆਣਾ ਜੀ ਤੇ ਉਸ ਤੋਂ ਅਗਲਾ ਪੁਆਇੰਟ ਹੈਗਾ ਜਿਹੜਾ ਤੁਹਾਨੂੰ ਸਮਝਾਇਆ ਕਿ ਗਾਊਟ ਹੁੰਦਾ ਹੈ ਇਹਨੂੰ ਗਾਊਟ ਕਹਿੰਦੇ ਆ ਇਹ ਆਰਥਰਾਈਟਿਕ ਦੀ ਇੱਕ ਵੈਰਾਈਟੀ ਹੈਗੀ ਹੈ ਜੀ ਤੇ ਹੁਣ ਇਹਦਾ ਅਗਲਾ ਜਿਹੜਾ ਅਗਲਾ ਆਪਾਂ ਚੀਜ਼ ਨਹੀਂ ਖਾਣੀ ਇਹਦੇ ਵਿੱਚ ਉਹ ਹੈਗੀ ਹੈ ਕਿ ਹਾਈ 슈ਗਰ ਮਿੱਠਾ ਠੀਕ ਹੈ ਤੇ ਫਰਕਟੋਸ ਆਪਾਂ ਇੱਕ ਨਾ ਫਰਕਟੋਸ ਕੌਨ ਸਰਪ ਮਿਲਦਾ ਹੈ ਸਾਨੂੰ ਪਤਾ ਨਹੀਂ ਹੈ ਅਸੀਂ ਕੋਈ ਡਰਿੰਕ ਲੈਂਦੇ ਨਾ ਬਾਹਰੋਂ ਦੀ ਹਾਂਜੀ ਕੋਈ ਡਰਿੰਕ ਪਿੰਦੇ ਆ ਜਿਹੜਾ ਮਿੱਠਾ ਜ਼ਿਆਦਾ ਹੁੰਦਾ ਉਹ ਚ ਲਿਖਿਆ ਹੁੰਦਾ ਕਿ 슈ਗਰ ਫ੍ਰੀ ਉਹਨਾਂ ਨੇ ਪਾਇਆ ਹੁੰਦਾ ਹੈ ਫਰਕਟੋਸ ਅੱਛਾ ਮਤਲਬ ਕਿ ਮਿੱਠੇ ਦਾ ਇੱਕ ਰੂਪ ਰੂਪ ਹੈ ਜੋ ਅਸੀਂ ਫੈਟੀ ਲਿਵਰ ਚ ਵੀ ਕਿਹਾ ਸੀ ਹਾਂਜੀ ਕਿ ਫਰਕਟੋਸ ਜਿਹੜਾ ਹੈਗਾ ਉਹ ਫੈਟੀ ਲਿਵਰ ਪੈਦਾ ਕਰਦਾ ਹੈ ਤੇ ਜਿੰਨੇ ਵੀ ਇਹ ਮਿੱਠਾ ਹੈ ਨਾ ਜਿੰਨਾ ਵੀ ਇਹ ਮਿੱਠੇ ਵਾਲੀਆਂ ਚੀਜ਼ਾਂ ਇਹ ਹਿਡਨ ਮਿੱਠਾ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਜੂਸ ਪਿੰਦੇ ਹੋ ਤੇ ਉਹਦੇ ਫਿਰ ਜਿਹੜੇ ਤੁਸੀਂ ਕਿਹਾ ਵੀ ਡਰਿੰਕ ਲੈਣੇ ਉਹਨਾਂ ਤੇ ਲਿਖਿਆ ਨਹੀਂ ਹੁੰਦਾ ਮੈਂਸ਼ਨ ਇਹ ਮੈਂਸ਼ਨ ਅਲਕਨਾਂ ਕੋਡ ਵਰਚ ਮੈਂਸ਼ਨ ਹੈ ਅੱਛਾ ਕੋਡ ਵਰਚ ਮੈਂਸ਼ਨ ਹੈ সুইਟਨਰ ਅਗੇ ਕੋਡ ਵਰਡ ਨਹੀਂ ਖਿਆ ਹੁੰਦਾ ਤੁਸੀਂ ਨੈਟ ਤੇ ਸਰਚ ਪਾਓਗੇ ਤਾਂ ਤੁਹਾਨੂੰ ਲੱਗਿਆ ਕਿ ਇਹ সুইਟਨਰ ਹੈ ਕੀ ਹੈ ਹੈ ਕੀ ਚੀਜ਼ ਹੈ ਔਰ ਇਹ ਸਾਡੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਕੋਈ ਵੀ ਚੀਜ਼ ਅਸੀਂ ਲੈ ਕੇ ਖਾਣੀ ਹੈ ਅਸੀਂ ਕਿਹੜਾ ਪੜਦੇ ਆ ਉਹਦੇ ਚ ਇਨਗਰੀਡੀਅੰਟਸ ਕੇਵਲ ਸਿਰਫ ਦੇਖਦੇ ਆ ਕਿ ਵੈਜ ਹੈ ਜਾਂ ਨਾਨ ਵੈਜ ਰੈੱਡ ਤੇ ਗ੍ਰੀਨ ਤੁਸੀਂ ਲੇਬਲ ਜ਼ਰੂਰ ਪੜ੍ਹਨਾ ਹੈ ਕਿ ਜੇ ਜਿਹੜਾ ਮਿੱਠਾ ਹੈਗਾ ਜੂਸ ਦੇ ਵਿੱਚ ਉਹ ਕੀ ਆ ਉਹ ਨੈਚੁਰਲ ਹੈ ਕਿ ਇੱਕ ਹੁੰਦਾ ਐਡਿਡਡ 슈ਗਰ ਉਹਨਾਂ ਨੇ ਚੀਨੀ ਸਾਫ਼ ਲਿਖਿਆ ਹੁੰਦਾ ਹੈ ਇੱਕ ਹੁੰਦਾ ਕਿ ਨੋ ਪ੍ਰੀਜ਼ਰਵੇਟਿਵ ਜੀ ਜੀ ਉਹਨਾਂ ਨੇ ਨਮਕ ਪਾਇਆ ਹੁੰਦਾ ਠੀਕ ਹੈ ਜਿਹੜਾ ਨੋ ਪ੍ਰਿਜ਼ਰਵਟਿਵ ਹੈ ਨਾ ਇਹ ਪ੍ਰਿਜ਼ਰਵਟਿਵ ਹੁੰਦੇ ਸਿਟ੍ਰਿਕ ਐਸਿਡ ਸੋਡੀਅਮ ਬੈਂਜੋਏਟ ਆਪਾਂ ਚਾਰ ਚੀਜ਼ ਚ ਪਾ ਲੈਂਦੇ ਆ ਪਾਊਡਰ ਜਾਂ ਮਾਰਕਟ ਤੋਂ ਲੈ ਕੇ ਇਹਨਾਂ ਚਾਰ ਖਰਾਬ ਨਹੀਂ ਹੁੰਦਾ ਉਹ ਹੁੰਦੇ ਪ੍ਰਿਜ਼ਰਵਟਿਵ ਜਿੱਥੇ ਨਹੀਂ ਕਿਹਾ ਕਿ ਨੋ ਪ੍ਰਿਜ਼ਰਵਟਿਵ ਤੁਸੀਂ ਆਪੇ ਦੱਸੋ ਕਿ orange juice ਤੁਸੀਂ ਕੱਢੋਗੇ ਇਹ ਬੋਤਲ 'ਚ ਬੰਦ ਕਰ ਦੋ ਬਿਨਾਂ ਪ੍ਰਿਜ਼ਰਵਟਿਵ ਤੋਂ ਰਹਿ ਜਾਏਗਾ 6 ਮਹੀਨੇ ਬਿਲਕੁਲ ਵੀ ਨਹੀਂ ਹੋ ਤਾਂ 2 ਘੰਟੇ 'ਚ ਖਰਾਬ ਹੋ ਜਾ ਗਰਮੀ ਦੇ ਵਿੱਚ ਤੇ ਉਹ ਜਿਹੜਾ ਨੋ ਪ੍ਰਿਜ਼ਰਵਟਿਵ ਹੈ ਨਾ ਉੱਥੇ ਇਹਨਾਂ ਨੇ ਕੀ ਪਾਇਆ ਹੈ ਨਮਕ ਨਮਕ ਇਸ ਨੋਟ ਇਨ ਦੀ ਕੈਟੇਗਰੀ ਆਫ ਪ੍ਰ ਜੀ ਨੂਨ ਜਿਹੜਾ ਹੈਗਾ ਉਹ ਪੀਜ਼ਾ ਬੈਟੀ ਦੀ categories ਵਿੱਚ ਨਹੀਂ ਆਂਦਾ ਅਸੀਂ ਘਰ ਆਚਾਰ ਪਾਣੇ ਆ ਕਿੰਨੇ ਨੂਨ ਪਾਣੇ ਆ ਉਹਦੇ ਵਿੱਚ ਜੀ ਜੀ ਤੇ ਇਹਦੇ ਵਿੱਚ ਹੁਣ ਕੁਮਕਫ ਉੱਥੇ ਆ ਗਈ ਨਾ ਜਿਹੜਾ ਨਮਕ ਹੈ ਉਹ ਵੀ ਇਹਦੇ ਵਿੱਚ ਨਹੀਂ ਖਾਣਾ ਕਿਸ ਨਾਲ ਆਚਾਰਸ ਮਿਲਦਾ ਹੈ ਨਮਕ ਗਲਤਾਂ ਬੋਲੰਦੀ ਹੋ ਜਾਂਦੀ ਹੈ ਹੁਣ ਆਚਾਰ 'ਚ ਜੀ ਨੂਨ ਪਾਣੇ ਆ ਪਾਪੜਾ 'ਚ ਨੂਨ ਹੁੰਦਾ ਹੈ ਬਹੁਤ ਜ਼ਿਆਦਾ ਸੌਸਿਸ 'ਚ ਨੂਨ ਹੁੰਦਾ ਹੈ ਤੇ ਇਹ ਜਿਹੜੇ ਜੂਸੀਸ ਹੈਗੇ ਆ ਇਹਨਾਂ 'ਚ ਵੀ ਪੌਂਦਾ ਨਮਕ ਵਿੱਚ ਵੀ ਹੁੰਦਾ ਹੈ ਤੇ ਆਪਾਂ ਮਤਲਬ ਕੰਫਰ ਕੇ ਆਪਾਂ ਇਹ ਚੀਜ਼ ਦੇਖਣੀ ਹੈ ਕਿ ਜਿਹਦੇ ਵਿੱਚ ਸੋਡੀਅਮ ਹੈਗਾ ਉਹ ਆਪਾਂ ਨਹੀਂ ਲੈਣਾ ਸੋਡੀਅਮ ਕੀ ਕਰਦਾ ਹੈ ਇਹ ਬੋਡੀ ਦੇ ਵਿੱਚ ਸਾਡੇ ਯੂਰਿਕ ਐਸਿਡ ਦੀ ਮਾਤਰਾ ਨੂੰ ਵਧਾਉਂਦਾ ਹੈ ਇਹ ਪਾਣੀ ਮਤਲਬ ਬੋਡੀ ਤੋਂ ਬਾਹਰ ਜਾਣ ਨਹੀਂ ਦਿੰਦਾ ਬੋਡੀ ਤੋਂ ਬਾਹਰ ਪਾਣੀ ਜਾਏਗਾ ਨਹੀਂ ਸਾਡੀ ਜਿਹੜੀ ਕਿਡਨੀ ਤੋਂ ਗੰਦ ਨਿਕਲੇਗਾ ਕਿਸ ਤਰ੍ਹਾਂ ਹੂੰ ਉਹ ਇਦਾਂ ਹੀ ਨਿਕਲੇਗਾ ਫਿਰ ਜਿਹੜਾ ਜਿਹੜਾ ਹੁਣ ਪਾਣੀ ਹੈ ਪਿਸ਼ਾਬ ਹੈ ਉਹ ਤਾਂ ਹੁਣ ਪਾਣੀ ਤੋਂ ਹੀ ਬਣਦਾ ਨਾ ਸੋਡੀਅਮ ਨੇ ਬਾਹਰ ਘਟ ਨਹੀਂ ਦੇਣਾ ਪਾਣੀ ਸਾਡਾ ਪਿਸ਼ਾਬ ਘਟ ਜਾਂਦਾ ਹੈ ਬੀਪੀ ਵਧ ਜਾਂਦਾ ਹੈ ਜਿਹਨੂੰ ਸੋਡੀਅਮ ਦੀ ਪ੍ਰੋਬਲਮ ਹੈਗੀ ਹੈ ਤੇ ਮਤਲਬ ਕਿ ਇਹ ਜਿਹੜਾ ਹੁਣ ਜਿਹੜਾ ਪਾਣੀ ਸੀ ਚ ਇਕੱਠਾ ਹੋ ਗਿਆ ਤੇ ਉਹ ਯੂਰਿਕ ਐਸਿਡ ਤਾਂ ਜਦੋਂ ਬਾਹਰ ਨਿਕਲਣਾ ਹੈ ਨਿਕਲਣਾ ਕਿੱਥੋਂ ਹੈ ਕਿਡਨੀ ਤੋਂ ਪਿਸ਼ਾਬ ਰਾਹੀਂ ਜੀ ਪਿਸ਼ਾਬ ਜਦੋਂ ਘਟ ਜਾਏਗਾ بی.ਪੀ ਵਧ ਜਾਏਗਾ ਤੇ ਯੂਰਿਕ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ ਜੀ ਜੀ ਤੇ ਜਿਹੜੇ ਆ ਖਾਸ ਕਰ ਜਿਹੜੇ ਆਰਟੀਫੀਸ਼ੀਅਲੀ ਜਿਹੜੇ ਫਲੇਵਰਡ ਨੇ ਜਾਂ ਵਿੱਚ ਮਿੱਠਾ ਹੈ ਹਾਂ ਇਹਨਾਂ ਵਿੱਚ ਪਾਇਆ ਹੁੰਦਾ ਇਹਨਾਂ ਨੇ ਉਹ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਨਹੀਂ ਖਾਣ ਤੇ ਇੱਕ ਜਿਹੜੀ ਐਸਿਡਿਕ ਡਾਈਟ ਹੈ ਐਸਿਡਿਕ ਡਾਈਟ ਦਾ ਮਤਲਬ ਹੁੰਦਾ ਕਿ ਆਪਾਂ ਕੋਈ ਵੀ ਮਸਾਲੇ ਵਾਲੀ ਤੇਲ ਵਾਲੀ ਚੀਜ਼ਾਂ ਖਾਣੇ ਆ ਜੀ ਜੀ ਸਾਡੇ ਢੇਰ ਦੇ ਵਿੱਚ ਤਜਾਜ ਬਣਦਾ ਬਿਲਕੁਲ ਹਾਂ ਠੀਕ ਹੈ ਨਾ ਤੇ ਤਜਾਬ ਬਣਦਾ ਹੈ ਤੇ ਤੁਹਾਨੂੰ ਸਮਝਾਇਆ ਯੂਰਿਕ ਐਸਿਡ ਇਸੇ ਐਸਿਡ ਤੇ ਉਹਨੂੰ ਇਹ ਇਨਡਾਇਰੈਕਟਲੀ ਸਾਡੀ ਬੋਡੀ ਦੇ ਵਿੱਚ ਇਹ ਯੂਰੀਕੈਸ਼ਣ ਵਧਾਏਗਾ ਠੀਕ ਹੈ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਦਾ ਕਿ ਹੁਣ ਤੁਸੀਂ ਹੋਜੋਗੇ ਐਸਿਡਿਕ ਡਾਈਟ ਨਾਲ ਇਹ ਹੁੰਦਾ ਕੀ ਹੈ ਐਸਿਡਿਕ ਡਾਈਟ ਦੇ ਨਾਲ ਸਾਡੇ ਜਿਹੜੀ ਪਿਸ਼ਾਬ ਦੀ ਜਿਹੜੀ ਵੈਲਿਊ ਹੈ ਐਸਿਡ ਦੀ ਉਹ ਵੱਧ ਜਾਂਦੀ ਹੈ ਜੀ ਹੁਣ ਆਪਾਂ ਥੋੜਾ ਬਹੁਤ ਸਾਇੰਸ ਨੂੰ ਸਮਝੀਏ ਕਿ ਜਿਹੜੀ ਪੀ ਐਚ ਸਕੇਲ ਆਂਦਾ ਹੈ ਹਾਂਜੀ ਪੀ ਐਚ ਸਕੇਲ ਅਗਰ 7 ਹੈਗਾ ਤਾਂ ਪਾਣੀ ਹੈ ਠੀਕ ਹੈ ਅਗਰ ਜਿੰਨਾ ਘਟਦਾ ਜਾਏਗਾ ਉਹਨਾਂ ਤਜਾਵ ਹੈ ਜਿੰਨਾ ਵੱਧਾ ਜਾਏਗਾ ਉਹਨਾਂ ਬੇਸਿਕ ਹੈ ਉਹਨਾਂ ਬੇਸਿਕ ਹਾਂਜੀ ਤੇ ਸਾਡਾ ਜਿਹੜਾ ਪਿਸ਼ਾਬ ਹੈਗਾ ਨਾਰਮਲੀ ਲੋਕਾਂ ਦਾ ਇਹ ਐਸਿਡਿਕ ਹੁੰਦਾ ਹੈ ਅਤੇ ਰੰਗ ਦੇ ਵਿੱਚ ਵੀ ਫਰਕ ਆ ਜਾਂਦਾ ਹੈ ਜਦੋਂ ਕਿ ਐਸਿਡਿਕ ਅਸੀਂ ਜਿਆਦਾ ਚੀਜ਼ਾਂ ਖਾਈਆਂ ਹੁੰਦੀਆਂ ਜੀ ਜੀ ਤੁਸੀਂ ਨਾ ਡਾਈਟ ਦੇ ਵਿੱਚ ਵੈਜੀਟੇਬਲਸ ਵਧਾ ਲਓ ਠੀਕ ਹੈ ਤੇ ਆਪਣਾ ਨਾਨ ਵੈਜ ਨੂੰ ਰਿਡਕਸ਼ਨ ਦਾ ਘਟਾ ਲਓ ਧਾਰੂ ਘਟਾ ਲਓ ਵੈਜ ਤੁਸੀਂ ਚੀਜ਼ਾਂ ਖਾਓ ਤੁਹਾਡਾ ਪਿਸ਼ਾਬ ਤੋਂ স্মੈਲ ਵੀ ਘਟ ਜਾਂਦੀ ਹੈ ਤੇ ਉਹ ਬੇਸਿਕ ਵਾਲੇ ਪਾਸੇ ਚਲਾ ਜਾਂਦਾ ਹੈ ਬਿਲਕੁਲ ਉਹ ਸੱਤ ਵਾਲੇ ਪਾਸੇ ਚਲਾ ਜਾਂਦਾ ਹੈ ਸਕੇਲ ਦੇ ਵਿੱਚ ਤੇ ਆਪਾਂ ਐਸਿਡਿਕ ਡਾਈਟ ਦੇ ਵਿੱਚ ਜਿਸ ਤਰ੍ਹਾਂ ਹੀ ਐਸਿਡ ਵਧੇਗਾ पीएच वैल्यू डाउन ਹੋਏਗੀ ਸਾਡਾ ਯੂਰਿਕ ਐਸਿਡ ਵੱਧਦਾ ਹੈ ਵੱਧਦਾ ਹੈ ਨਿਕਲਦਾ ਨਹੀਂ ਹੈ ਸਰੀਰ ਚ ਜੀ ਤੇ ਦੋਸਤੋ ਜੇ ਮਾੜਾ ਜ ਆਪਾਂ ਆਪਣੇ ਦਰਸ਼ਕਾਂ ਨੂੰ ਆਪਾਂ ਇਹ ਵੀ ਦੱਸ ਦਈਏ ਕਿ ਐਸਿਡਿਕ ਚੀਜ਼ਾਂ ਮੇਨ ਮੇਨ ਹੁੰਦੀਆਂ ਕਿਹੜੀਆਂ ਨੇ ਜਿਹੜੀਆਂ ਆਪਾਂ ਨਹੀਂ ਖਾਣੀਆਂ ਦੇਖੋ ਐਸਿਡਿਕ ਚੀਜ਼ਾਂ ਤੁਹਾਨੂੰ ਡਾਈਟ ਦੱਸਾਂਗੇ ਨਾ ਕਿ ਮੇ ਕਿਹੜੀ ਕਿਹੜੀ ਹੁੰਦੀਆਂ ਐਸਿਡਿਕ ਚੀਜ਼ਾਂ ਮੇਨ ਉਹ ਹੀ ਹੋਈਆਂ ਤੁਹਾਨੂੰ ਫਿਲਗਸੀ ਇਹ ਸਮਝੋ ਕਿ ਜਦ ਨਾਲ ਸਾਨੂੰ ਬੋਡੀ ਚ ਖਾਣਾ ਪਚਦਾ ਨਹੀਂ ਹੈ ਜੀ ਠੀਕ ਹੈ ਤੇ ਅਸੀਂ ਆ ਤਲੀਆਂ ਹੋਈਆਂ ਚੀਜ਼ਾਂ ਆ ਅਲਕੋਹਲ ਬਿਲਕੁਲ ਆ ਮੀਟ ਪ੍ਰੋਡਕਟਸ ਜੀ ਏ ਐਸਿਡਿਕ ਹੈ ਜਿਹੜੇ ਬੇਸਿਕ ਚੀਜ਼ਾਂ ਹੈਗੀਆਂ ਨੇ ਇਹ ਸਾਰੀਆਂ ਫਲ ਤੇ ਸਬਜ਼ੀਆਂ ਠੀਕ ਹੈ ਇਹ ਬੇਸਿਕ ਹੁੰਦੀ ਹੈ ਜੀ ਇਹ ਬੇਸਿਕ ਹੁੰਦੀ ਹੈ ਤੇ ਇਹ ਚੀਜ਼ਾਂ ਜਿਹੜੀਆਂ ਐਸਿਡਿਕ ਹੈਗੀਆਂ ਇਹ ਸਾਰੀਆਂ ਜਿਹੜੀਆਂ ਤਾਮਸੀ ਚੀਜ਼ਾਂ ਤਾਮਸੀ ਚੀਜ਼ਾਂ ਜਿਹੜੀਆਂ ਆਪਣੀ ਸਿਹਤ ਨੂੰ ਖਰਾਬ ਕਰਦੀਆਂ ਨੇ ਕਿਸੇ ਬਿਲਕੁਲ ਸੋ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀ ਕਿ ਕਿਹੜੀਆਂ ਕਿਹੜੀਆਂ ਨਹੀਂ ਖਾਣੀਆਂ ਤੁਸੀਂ ਮਿੱਠੇ ਮਿੱਠੇ ਤੇ ਆਗੇ ਸੀ ਆਪਾਂ ਹੋਰ ਵੀ ਕੋਈ ਚੀਜ਼ ਹੈ ਜਿਹੜੀ ਧਿਆਨ ਰੱਖਣਾ ਇਹਦੇ ਵਿੱਚ ਇੱਕ ਹੁੰਦਾ ਹੈ ਦੇਖੋ ਇਹਦੇ ਵਿੱਚ ਫੁੱਲ ਗੋਭੀ ਅੱਛਾ ਫੁੱਲ ਗੋਭੀ ਜਿਹੜੇ ਬੰਦੇ ਨੂੰ ਹੈਗਾ ਯੂਰਿਕ ਐਸਿਡ ਹੈਗਾ ਤਾਂ ਨਾ ਖਾਣ ਕਿਉਂਕਿ ਇਹਦੇ ਵਿੱਚ ਪਿਉਰੀਨ ਮਿਲਦਾ ਹੈ। ਅੱਛਾ। ਇਹਦੇ ਵਿੱਚ ਪਿਉਰੀਨ ਮਿਲਦਾ ਹੈ। ਜਿਹਦੇ ਵਿੱਚ ਪਿਉਰੀਨ ਘੱਟ ਹੈਗਾ ਆਪਾਂ ਇਹਦੀ ਥਾਂ ਤੇ ਬਰੋਕਲੀ ਹੈਨਾ ਜਾਂ ਪੱਤਾ ਗੋਭੀ। ਠੀਕ ਹੈ। ਪੱਤਾ ਗੋਭੀ ਤੁਸੀਂ ਗਰਮ ਪਾਣੀ ਵਿੱਚ ਪਾ ਕੇ ਪਹਿਲੇ ਰੱਖ ਲਓ ਤਾਂ ਕਿ ਪੱਤੇ ਪੱਤੇ ਗੋਭੀ ਨਾ ਖਾਣ। ਫੁੱਲ ਗੋਭੀ ਨਾ ਖਾਣ। ਜੀ ਜੀ। ਪੱਤਾ ਗੋਭੀ ਤੇ ਬਰੋਕਲੀ ਵੀ ਮਤਲਬ ਕਿ ਘਾਟੀ ਖਾਣੀ ਆ। ਜ਼ਿਆਦਾ ਨਹੀਂ ਖਾਣੀ। ਇਹ ਜ਼ਿਆਦਾ ਖਾਣੀ ਸ਼ੁਰੂ ਕਰ ਦੋ। ਮਤਲਬ ਕਿ ਉਸ ਤੋਂ ਵਧੀਆ। ਜੀ। ਫੁੱਲ ਗੋਭੀ ਬਿਲਕੁਲ ਬੰਦ ਕਰ ਦਿਓ। ਠੀਕ ਹੈ। ਉਸ ਬੰਦੇ ਮਸ਼ਰੂਮਸ। ਮਸ਼ਰੂਮ। ਮਸ਼ਰੂਮ ਦੇ ਵਿੱਚ ਹੀ ਠੀਕ ਹੈ ਨਾ ਉਦੋਂ ਮੈਂ ਇੱਕ ਟੈਗ ਵਰਡ ਦਿੱਤਾ ਪਿਉਰੀਨ ਦਾ ਤੁਸੀਂ ਸਰਚ ਕਰ ਲਓ ਇਹ ਫੂਡ ਚ ਪਿਉਰੀਨ ਕਿੰਨਾ ਹੈਗਾ ਹੁਣ ਬੰਦ ਕਰ ਲਓ ਤੇ ਮਸ਼ਰੂਮ ਦੇ ਵਿੱਚ ਵੀ ਪਿਉਰੀਨ ਹੁੰਦਾ ਹੈ ਉਸ ਤੋਂ ਬਾਅਦ ਆਪਾਂ ਇੱਕ ਕਹਿੰਦੇ ਆ ਕਿ ਸਾਬੂਤ ਦਾਲਾ ਹੈ ਨਾ ਇਹ ਸਾਰੇ ਛੱਡਦੇ ਆਂ ਹਾਂਜੀ ਤੇ ਆਪਾਂ ਇਹਦੇ ਵਿੱਚ ਮੈਂ ਇਹ ਚੀਜ਼ ਕਹਾਂਗਾ ਕਿ ਜਿਹੜਾ ਇਹਨਾਂ ਨੂੰ ਯੂਰਿਕ ਐਸਿਡ ਜ਼ਿਆਦਾ ਹੈਗਾ ਅਸੀਂ ਇਹਨੂੰ ਕਿਹੜੀ ਚੀਜ਼ਾਂ ਖਾਣੀਆਂ ਚਾਹੀਦੀਆਂ ਉਹਨੂੰ ਵਧਾ ਕੇ ਦਾਲਾਂ ਨੂੰ ਅਸੀਂ ਮੋਡਰੇਟ ਕਰ ਦਈਏ ਮਤਲਬ ਕਟਾ ਦਈਏ ਬੰਦ ਨਾ ਕਰੀਏ ਬੰਦ ਨਾ ਕਰੀਏ ਖਾਣੀਆਂ ਵੀ ਜ਼ਰੂਰੀ ਨੇ ਜ਼ਰੂਰੀ ਹੈਗੀਆਂ ਤੇ ਆਪણો ਮੈਨੂੰ ਸਮਝਾਇਆ ਪ੍ਰੋਟੀਨ ਹੈ ਪ੍ਰੋਟੀਨ ਹੈ ਬਿਲਕੁਲ ਜਿਹੜੇ ਅਸੀਂ ਹੁਣ ਸੱਤ ਡੈੱਡ ਖਾਂਦੇ ਆ ਜਿੰਨੇ ਆਪਣੇ ਖਾਲਸ ਪਰਿਵਾਰ ਨੇ ਉਹ ਸਾਰੇ ਤਾਂ ਇਹ ਸਾਰੇ ਦਾਲਾਂ ਹੀ ਖਾਂਦੇ ਨੇ ਨਾ ਪ੍ਰੋਟੀਨ ਬਿਲਕੁਲ ਬਿਲਕੁਲ ਜੇ ਉਹ ਜਿਹੜੇ ਵੈਜ ਜਿਹੜੇ ਵੈਜੀਟੇਰੀਅਨ ਹੈ ਉਹਨਾਂ ਲਈ ਦਾਲ ਖਾਣੀ ਬੜੀ ਜ਼ਰੂਰੀ ਹੈ ਤੇ ਹੁਣ ਦਾਲਾਂ ਦੇ ਵਿੱਚ ਅਸੀਂ ਸਾਬਤ ਛੱਡ ਦਈਏ ਤੁਲੀਆਂ ਹੋਈਆਂ ਹੋਗੀਆਂ ਦਾਲਾਂ ਜਿਸ ਤਰ੍ਹਾਂ ਉਹਦੇ ਵਿੱਚ ਮਸਰ ਦੀ ਦਾਲ ਹੋ ਗਈ ਹੈ ਨਾ ਇਹ ਮੂੰਗੀ ਦਾਲ ਹੋ ਗਈ ਅੱਛਾ ਰਾਜਮਾ ਵੀ ਇੱਕ ਮੈਂ ਦੇਖਿਆ ਕਿ ਲੋਕੀ ਜਿਹੜੇ ਹੈਗੇ ਨਾ ਆਮ ਤੌਰ ਤੇ ਬਿਲਕੁਲ ਇਹ ਚੀਜ਼ਾਂ ਛੱਡ ਦਿੰਦੇ ਆ ਚਨੇ ਰਾਜਮਾ ਯੂਰਿਕ ਐਸਿਡ ਦੇ ਵਿੱਚ ਬਿਲਕੁਲ ਅਨਾਜ ਨੇ ਜਿਹੜੇ ਸਾਰੇ ਛੱਡ ਦਿੰਦੇ ਨੇ ਹਾਂ ਪਰ ਆਪਾਂ ਨਾਲ ਰਾਜਮਾ ਦੇ ਚਨੇ ਹੈਗੇ ਆ ਇਹ ਆਪਾਂ ਮੋਡਰੇਟ ਖਾਣੇ ਆ ਠੀਕ ਹੈ ਜਿਆਦਾ ਨਹੀਂ ਖਾਣੇ ਮਾੜੇ ਮੱਟੇ ਖਾ ਸਕਦੇ ਆ ਯੂਰਿਕ ਐਸਿਡ 5 ਤੇ 7 ਤੱਕ ਅਲਾਉਡ ਹੈ ਸ਼ਰੀਰ ਦੇ ਵਿੱਚ ਚਿੰਤਾ ਨਾ ਕਰੋ ਚਾਹੀਦਾ ਹੈ ਬਿਲਕੁਲ ਹਾਂ ਇਹ ਇੰਨਾ ਚੱਲਦਾ ਹੈ ਬਾਡੀ ਦੇ ਵਿੱਚ ਆਪਾਂ ਵਧਾਣਾ ਨਹੀਂ ਹੈ ਇਸ ਕਰਕੇ ਆਪਾਂ ਇਹ ਦਾਲਾਂ ਬਿਲਕੁਲ ਜਿਹੜੀ ਛੱਡ ਦਿੰਨੇ ਆ ਇਹ ਗਲਤੀ ਨਾ ਕਰਨ ਦਾਲਾਂ ਛੱਡਤੀਆਂ ਸਾਤਵਿਕ ਭੋਜਨ ਜਿਹੜੇ ਖਾਂਦੇ ਨੇ ਉਹਨਾਂ ਨੂੰ ਪ੍ਰੋਟੀਨ ਮਿਲਣਾ ਨਹੀਂ ਮੋਟੇ ਹੋ ਜਾਣਗੇ ਫਿਰ ਫਿਰ ਗੱਲ ਉੱਥੇ ਆ ਜਾਂਦੀ ਹੈ ਇੱਕ ਹੋਰ ਹੈ ਮਟਰ ਮਟਰ ਹਾਂ ਗ੍ਰੀਨ ਪੀਸ ਕਹਿੰਦੇ ਨੇ ਹਾਂਜੀ ਇਹ ਸੁੱਕੇ ਹੋਏ ਮਟਰ ਜਾਂ ਆਪਾਂ ਜਿਹੜੇ ਆਪਣੇ ਆਂਦੇ ਨੇ ਫੈਸ਼ ਆਂਦੇ ਨੇ ਹਾਂ ਇਹਨਾਂ ਦੇ ਵਿੱਚ ਵੀ ਪਿਉਰੀਨ ਮਿਲਦਾ ਜੀ ਤੇ ਮਟਰ ਬਿਲਕੁਲ ਨਹੀਂ ਖਾਣਾ ਤੁਸੀਂ ਮਟਰ ਖਾ ਕੇ ਦੇਖੋ ਤੁਹਾਡੇ ਜੋੜ ਦੁਖਣੇ ਸ਼ੁਰੂ ਹੋ ਜਾਣਗੇ ਇਹਨਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈਗੀ ਹੈ ਇਹ ਕੁਸਤੂ ਬਾਤ ਸ਼ੈਤਾਨ ਹੈ ਇਹ ਪਾਲਕ ਥੋੜੀ ਜੀ ਅੱਛਾ ਯੂਰਿਕ ਐਸਿਡ ਬਣਾ ਹਾਂ ਪਾਲਕ ਦੇ ਵਿੱਚ ਵੀ ਵੱਜ ਜਾਂਦਾ ਹੈ ਤੇ ਇਹਦਾ ਹੁਣ ਇਹ ਪਾਲਕ ਨੂੰ ਕਿਵੇਂ ਖਾਣਾ ਹੈ ਇਹ ਮੈਂ ਤੁਹਾਨੂੰ ਦੱਸੂਗਾ ਅੱਗੇ ਠੀਕ ਹੈ ਜਦ ਆਪਾਂ ਕਹਿੰਦੇ ਨਾ ਕਿ ਆਪਾਂ ਕੀ ਕੀ ਚੀਜ਼ ਖਾਣੀ ਹੈ ਖਾਣੀ ਹੈ ਤੇ ਇਹਨੂੰ ਪਾਲਕ ਨੂੰ ਵੀ ਆਪਾਂ ਛੱਡ ਨਹੀਂ ਸਕਦੇ ਕਿਉਂਕਿ ਇਸ ਤੋਂ ਆਇਰਨ ਮਿਲਦਾ ਹੈ ਬਿਲਕੁਲ ਪਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹੈਗਾ ਉਹ ਛੱਡ ਦੇਣ ਤੇ ਜਿਨ੍ਹਾਂ ਨੇ ਮੇਨਟੇਨ ਕਰਨਾ ਹੈ ਯੂਰਿਕ ਐਸਿਡ ਨੂੰ ਉਹ ਥੋੜੀ-ਬਹੁਤ ਕਿਸ ਤਰੀਕੇ ਨਾਲ ਖਾਣੀ ਹੈ ਆਪਾਂ ਅੱਗੇ ਦੱਸਾਂਗੇ ਤੇ ਉਸ ਤੋਂ ਬਾਅਦ ਆਉਂਦੀ ਹੈ ਕਾਫੀ ਅੱਛਾ ਕੈਫੀਨ ਜਿੰਨੇ ਸਟੀਮੂਲੈਂਟ ਹੈ ਹਮ ਜਿੰਨੇ ਸਟੀਮੂਲੈਂਟ ਨੇ ਇਹ ਸਾਡਾ ਯੂਰਿਕ ਐਸਿਡ ਵਧਾਉਂਦੇ ਨੇ ਤੇ ਇੱਕ ਅਖੀਰ ਚ ਆ ਜਾਂਦਾ ਹੈ ਸਟ्रेस ਹਮਮ ਸਦੀ ਸੋਚ ਵਿਚਾਰ ਬਹੁਤ ਕਰਦੇ ਆ ਬਿਲਕੁਲ ਤੇ ਆਪਣੇ ਦਿਮਾਗ ਤੇ ਬੋਝਾ ਪਾ ਲੈਂਦੇ ਆ ਕਿ ਕੱਲ ਕੀ ਬਣੂਗਾ ਤੇ ਕੱਲ ਤਾਂ ਡਰ ਹੈ ਬਿਲਕੁਲ ਜਿਵੇਂ ਸੋਚਾਂ ਕਿ ਆਪਾਂ ਅੱਧੇ ਘੰਟੇ ਵਿੱਚ ਕੀ ਬਣੂਗਾ ਉਹ ਡਰ ਲੱਗੇਗਾ ਸਾਨੂੰ ਹਾਂਜੀ ਹਾਂਜੀ ਤੇ ਆਪਣਾ ਆਪਣਾ ਕੰਮ ਠੀਕ ਰੱਖੀਏ ਡਾਈਟ ਠੀਕ ਰੱਖੀਏ ਕੱਲ ਨੂੰ ਬਹੁਤ ਅੱਛਾ ਆਣਾ ਸਾਡਾ ਕੱਲ ਜੀ ਹਾਂਜੀ ਅਗਰ ਆਪਾਂ ਹੋਣ ਦਾ ਹੀ ਕੰਮ ਮਾੜਾ ਕਰ ਦਾਂਗੇ ਤਾਂ ਕੱਲ ਨੇ ਤਾਂ ਹੀ ਮਾੜਾ ਹੋ ਜਾਣਾ ਹੋਣਾ ਹੀ ਹੈ ਤਾਂ ਅੱਜ ਦੇ ਵਿੱਚ ਉਹੀ ਜਿਵੇਂ ਕਹਿੰਦੇ ਹੁੰਦੇ ਨੇ ਕਿ ਅੱਜ ਦੇ ਵਿੱਚ ਜੀਓ ਕੱਲ ਦੀ ਫਿਕਰ ਤੇ ਲਾਂਗੇ ਦਾ ਜਿਹੜਾ ਫਿਕਰ ਹੈ ਉਹ ਸਟ्रेस ਹੀ ਦਿੰਦਾ ਸਟ्रेस ਦਾ ਸਾਰੀਆਂ ਬਿਮਾਰੀਆਂ ਦਾ ਹੀ ਜਨ ਹੈ ਬਿਲਕੁਲ ਬਿਲਕੁਲ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਖਾਣਾ ਕੀ ਹੈ ਖਾਣਾ ਕੀ ਹੈ ਨਾ ਮੇਨ ਚੀਜ਼ ਤੇ ਆ ਗਈ ਨਾ ਨਾ ਖਾਣ ਵਾਲੀਆਂ ਚੀਜ਼ਾਂ ਬਹੁਤ ਹੋ ਜਾਂਦੀਆਂ ਹੈ ਬਹੁਤ ਮਿਸਲੰਬੀ ਹੈ ਤੇ ਆਪਾਂ ਖਾਣਾ ਕੀ ਹੈ ਜੀ ਸਭ ਤੋਂ ਇਹਦਾ ਜਵਰਦਸ ਇਲਾਜ ਹੈ ਨਾ ਬਹੁਤ ਸੌਖੀ ਹੈ ਤਾਂ ਮੈਂ ਫ੍ਰੀ ਮਿਲਦੀ ਹੈ ਕਰਦੇ ਵਿੱਚ ਉਹ ਹੈਗੀ ਹੈ ਪਾਣੀ ਪਾਣੀ ਕਿਉਂਕਿ ਜਦ ਮੈਂ ਸੁਝਾਇਆ ਕਿ ਜਿਹੜਾ ਕ੍ਰਿਸਟਲ ਹੈ ਖੂਨ ਦੇ ਵਿੱਚ ਆਇਆ ਹੋਇਆ ਹੈ ਇਹਨੂੰ ਕਢਣਾ ਕਿੰਨੇ ਹੈ ਕਿੜਨੀ ਨੇ ਕੜਨਾ ਕਿਦੇ ਰਾਹੀ ਹੈ ਪਾਣੀ ਰਾਹੀ ਪਾਣੀ ਰਾਹੀ ਸਾਬ ਨੂੰ ਕਹਿੰਦਾ ਤੇ ਜਦੋਂ ਆਪਾਂ ਪਾਣੀ ਪੀਂਦੇ ਆ ਇੱਕ ਗਲਾਸ ਸਵੇਰੇ ਇੱਕ ਗਲਾਸ ਬੈਰੇ ਇੱਕ ਗਲਾਸ ਸ਼ਾਮ ਨੂੰ ਤੇ ਉਹ ਮਲਕ ਟੋਟਲ ਮਿਲਾ ਕੇ 600 ਐਮਐਲ ਬੰਦਾ ਹੈ ਉਹ ਵੀ ਅਸੀਂ ਪੂਰਾ ਗਲਾਸ ਨਹੀਂ ਪੀਂਦੇ ਕਈ ਵਾਰੀ ਤੇ ਮਤਲਬ ਕਹਿੰਦਾ ਮਤਲਬ ਹੈ ਕਿ ਸਾਨੂੰ ਸਰੀਰ ਚੋਂ ਯੂਰਿਕ ਐਸਿਡ ਬਾਹਰ ਕੱਢਣ ਵਾਸਤੇ ਸਾਨੂੰ ਤਾਈ ਤੋਂ 3 ਲੀਟਰ ਪਾਣੀ ਜ਼ਰੂਰੀ ਹੈ ਅੱਜ ਕੱਲ੍ਹ ਗਰਮੀਆਂ ਬਹੁਤ ਆ ਗਈਆਂ ਟੈਂਪਰੇਚਰ ਬਹੁਤ ਹਾਈ ਹੈ ਤੇ ਸਾਨੂੰ ਪਸੀਨਾ ਵੀ ਆਂਦਾ ਸਾਨੂੰ 200 300 ਮਲ ਦਾ ਪਸੀਨਾ ਹੀ ਆ ਜਾਂਦਾ ਤੇ ਬੋਡੀ ਚ ਕੀ ਗਿਆ ਕੀ ਗਿਆ ਮਤਲਬ 3 ਕਿ ਲੀਟਰ 2.5 ਤੋਂ 3 ਲੀਟਰ ਇੱਕ ਦਿਨ ਚ ਜ਼ਰੂਰ ਪੀਓ ਹਾਂਜੀ ਕਿਉਂਕਿ ਇਹਦਾ ਜਿਹੜਾ ਬਾਹਰ ਨਿਕਲਣ ਦਾ ਤਰੀਕਾ ਹੈਗਾ ਉਹ ਕਿਡਨੀ ਹੈ ਉਹ ਅੱਗੇ ਪਿਸ਼ਾਬ ਤੇ ਆ ਪਾਣੀ ਦੇ ਨਾਲ ਨਿਕਲਦੀ ਹੈ ਠੀਕ ਹੈ ਜੀ ਤੇ ਇਸ ਕਰਕੇ ਜਿਹੜਾ ਬੰਦਾ ਮੇਨ ਮੈਂ ਪਾਣੀ ਪੀਆ ਠੀਕ ਕਰ ਸਭ ਤੋਂ ਪਹਿਲੇ ਨੰਬਰ ਤੇ ਹਾਂ ਯਾਪਾ ਬਾਕੀ ਧਿਆਨ ਬਹੁਤ ਦਿੰਦੇ ਆ ਆ ਨਹੀਂ ਖਾਣਾ ਉਹ ਨਹੀਂ ਖਾਣਾ ਆ ਖਾਣਾ ਹੈ ਪਾਣੀ ਤੇ ਧਿਆਨ ਨਹੀਂ ਦਿੰਦੇ ਤੇ ਆਪਣ ਜਿਹੜੀ ਲੋਕੀ ਧਿਆਨ ਨਹੀਂ ਦਿੰਦੇ ਅਸੀਂ ਜੀ ਉੱਤੇ ਰੱਖਾਂਗੇ ਕਿ ਪਾਣੀ ਆਪਾਂ ਜਰੂਰ ਪੀਣਾ ਇੱਕ ਤਾਂ ਮੈਂ ਇੱਕ ਆਪਾਂ ਪਹਿਲੇ ਵੀ ਦੱਸਿਆ ਤੁਹਾਨੂੰ ਕਿ ਐਪਲ ਸਾਈਡਰ ਵਿਨੇਗਰ ਇਹ ਤਜਾਬ ਦਾ ਤੋੜ ਹੈ ਠੀਕ ਹੈ ਠੀਕ ਹੈ ਸੇਬਾਂ ਦਾ ਸਿਰਕਾ ਠੀਕ ਹੈ ਇਹ ਕਿਸੇ ਕੰਪਨੀ ਨਾਲ ਲੈ ਲਓ ਪੀਣਾ ਕਿੰਨਾ ਹੈ 10 ਤੋਂ 15 ਐਮਐਲ 3 ਚਮਚ ਇੱਕ ਗਲਾਸ ਡੇਢ ਗਲਾਸ ਪਾਣੀ ਚ ਪਾ ਕੇ ਤੁਸੀਂ ਆਪਣੇ ਉਹਦੇ ਟੇਸ ਦੇ ਅਨੁਸਾਰ ਪੀ ਲਓ ਕਦੋਂ ਮਰਜ਼ੀ ਪੀ ਲਓ ਇਸ ਕਦੋਂ ਮਰਜ਼ੀ ਪੀ ਲਓ ਸਵੇਰੇ ਉੱਠ ਕੇ ਪੀ ਲਓ ਵਧੀਆ ਹਾਂਜੀ ਤਾਂ ਕਿ ਇਹ ਪੂਰਾ ਦਿਨ ਕੰਮ ਕਰਦਾ ਹੈ ਇਹ ਸੜਨ ਪੈਦਾ ਕਰਦਾ ਹੈ ਸਾਡੇ ਇੰਟਰਸਾਈਨ ਦੇ ਵਿੱਚ ਇਹ ਜਿਹੜਾ ਪੇਟ ਦਾ ਜਿਹੜਾ ਤਜਾਜ ਐਸਿਡ ਹੈਗਾ ਉਹਦਾ ਇਹ ਥੋੜਾ ਜਿਆ ਉਹਨੂੰ ਡਾਊਨ ਕਰ ਦਿੰਦਾ ਡਾਊਨ ਕਰ ਦਿੰਦਾ ਥੋੜਾ ਜਿਆ ਜ਼ਿਆਦਾ ਨਹੀਂ ਕਰਦਾ ਤੇ ਆਪਾਂ ਜ਼ਿਆਦਾ ਵੀ ਨਹੀਂ ਕਰਨਾ ਕਿ ਇਹ ਜ਼ਿਆਦਾ ਡਾਊਨ ਹੋ ਗਿਆ ਤੇ ਸਾਡ ਨੂੰ ਸਾਡਾ ਖਾ ਜ਼ਰੂਰੀ ਐਸਿਡ ਜ਼ਰੂਰੀ ਵੀ ਹੈ ਪੰਗਾ ਤਾਂ ਆ ਹੈ ਨਾ ਛੱਡ ਨਹੀਂ ਸਕਦੇ ਕੋਈ ਚੀਜ਼ ਖਾਣਾ ਵੀ ਹੈ ਤੇ ਧਿਆਨ ਦੇ ਨਾਲ ਪਰ ਬੈਲੈਂਸ ਰੱਖਣਾ ਵਸ ਮੇਰੇ ਲਈ ਹੈ ਕਿ ਆਪਣੇ ਸਰੀਰ ਦੇ ਵਿੱਚ ਹਰ ਚੀਜ਼ ਦਾ ਬੈਲੈਂਸ ਰੱਖਣਾ ਥੋੜੀ ਜੀ ਗੱਲ ਨੂੰ ਤੁਸੀਂ ਸਮਝੋ ਬਸ ਹਾਂ ਜੀ ਗੱਲ ਨੂੰ ਸਮਝੋ ਬਿਮਾਰੀ ਕੁਝ ਨਹੀਂ ਹੈ ਇਹ ਸਾਡੇ ਸਮਝ ਨਹੀਂ ਆਂਦੀ ਗੱਲ ਕਰਨਾ ਕੀ ਹੈ ਹੁਣ ਐਪਲ ਸਾਈਡਰ ਵਿਨੇਗਰ ਇਹਦਾ ਇਹਦਾ ਹੁਣ ਕਿਸ ਤਰ੍ਹਾਂ ਮੈਂ ਬੋਲਿਆ ਸਾਡੇ ਐਸਿਡ ਨੂੰ ਤੋੜਦਾ ਹੈ ਯੂਰਿਕ ਐਸਿਡ ਐਸਿਡ ਆ ਮੈਂ ਬਾਰ ਬਾਰ ਬੋਲ ਰਿਹਾ ਤੇ ਉਸ ਤੋਂ ਜਿਹੜੀ ਸਭ ਤੋਂ ਚੰਗੀ ਚੀਜ਼ ਅੱਜ ਕੱਲ ਮਿਲ ਰਹੀ ਹੈ ਨਾ ਥੋੜੀ ਜੀ ਮਹਿੰਗੀ ਜ਼ਿਆਦਾ ਮਹਿੰਗੀ ਤਾਂ ਨਹੀਂ ਹੈ ਉਹ ਹੈ ਠੀਕ ਹੈ ਅਜੇ ਕਲ ਮਿਲ ਰਹੀ ਹੈ ਹਾਂਜੀ ਅਜੇ ਕਲ ਮਿਲ ਰਹੀ ਹੈ ਹਾਂ ਮੋਸਾਂ ਚੈਰੀ ਦਾ ਜੀ ਤੇ ਚੈਰੀਆਂ ਆਪਾਂ ਜਿਹੜੀਆਂ ਆਪਾਂ ਲੈਣੀਆਂ ਐ ਜਿਆਦਾ ਨਹੀਂ ਖਾਣੀਆਂ ਛੋਟ ਛੋਟੀਆਂ ਹੁੰਦੀਆਂ ਪੰਜਾਬੀ ਬੰਦੇ ਖਾਂਦੇ ਬਹੁਤ ਨੇਕ ਟਾਈਮ ਦੇ ਵਿੱਚ ਇਹ 10 ਤੋਂ ਜ਼ਿਆਦਾ ਨਹੀਂ ਖਾਣੀਆਂ ਜੀ ਤੇ 10 ਖਾਣੀਆਂ ਇਹ ਹੁੰਦਾ ਕੀ ਹੈ ਇਹਨਾਂ ਵਿੱਚ ਐਂਥੋਸਾਈਨਿਨਸ ਹੁੰਦੀਆਂ ਨੇ ਇੱਕ ਇੱਕ ਸਮਝ ਲਓ ਕਿ ਤੁਸੀਂ ਐਂਟੀਆਕਸੀਡੈਂਟ ਐ ਇਹ ਸਾਡੀ ਸੋਜਿਸ਼ ਨੂੰ ਇਹ ਠੀਕ ਕਰਦੀ ਐ ਜੀ ਠੀਕ ਹੈ ਜੀ ਇਹ ਚੈਰੀ ਅੱਜ ਕੱਲ ਸੀਜ਼ਨਲ ਫਰੂਟ ਦੇਖੋ ਜਿਨੇ ਵੀ ਸੀਜ਼ਨਲ ਫਰੂਟ ਆਂਦੇ ਨੇ ਨਾ ਉਹ ਅਸੀਂ ਖਾ ਸਕਦੇ ਆ ਤੇ ਖਾਸ ਕਰ ਜਿਹੜੇ ਯੂਰਿਕ ਐਸਿਡ ਵਾਲੇ ਨੇ ਜਿਨ੍ਹਾਂ ਨੇ ਜਿਹੜੀ ਚੀਜ਼ਾਂ ਆਪਾਂ ਜ਼ਿਆਦਾ ਖਾਣੀਆਂ ਨੇ ਉਹ ਤੁਹਾਨੂੰ ਮੈਂ ਅੱਗੇ ਦੱਸ ਦਿੰਨਾ ਤੇ ਉਸ ਤੋਂ ਬਾਅਦ ਆਂਦਾ ਸਟਰਾਬਰੀ ਜੀ ਜਿੰਨੀਆਂ ਵੀ 베ਰੀਆਂ ਹੈਗੀਆਂ ਜਿੰਨੀਆਂ ਵੀ ਸਟਰਾਬਰੀਆਂ ਹੈਗੀਆਂ ਇਹ ਆਪਾਂ ਖਾ ਸਕਦੇ ਖਾ ਸਕਦੇ ਥੋੜੀ ਮਹਿੰਗੀ ਜ਼ਰੂਰ ਹੈ ਪਰ ਹਫਤੇ ਚ ਇੱਕ ਵਾਰੀ ਖਾ ਲਓ ਹਾਂ ਹਾਂ ਖਾ ਸਕਦੇ ਆ ਅੱਜ ਕਾ ਸੀਜ਼ਨ ਹੈ ਚੈਰੀ ਦਾ ਫਰਵਰ ਖਾ ਲਓ ਚੈਰੀ ਤਾਂ ਮਿਲਨੀ ਨਹੀਂ ਬਾਜ਼ਾਰੋਂ ਹਾਂਜੀ ਬਾਜ਼ਾਰੋਂ ਤਾਂ ਉਹ ਕੋਲਡ ਸਟੋਰੇ ਵਾਲੀ ਮਿਲਦੀ ਹੈ ਤੇ ਅੱਜ ਕੱਲ ਤਾਂ ਬਿਲਕੁਲ ਅਸਲੀ ਮਿਲਦੀ ਹੈ ਹਾਂਜੀ ਤੇ ਉਸ ਤੋਂ ਅੱਗੇ ਇੱਕ ਨਾਰਮਲ ਫਰੂਟ ਹੈਗਾ ਜਿਹੜਾ ਇਹਦੇ ਵਾਸਤੇ ਬਹੁਤ ਅੱਛਾ ਐਜੂਕੇਸ਼ਨ ਵਾਸਤੇ ਉਹ ਹੈਗਾ ਪਾਈਨੈਪਲ ਅਨਾਨਾਸ ਅਨਾਨਾਸ ਜੀ ਹੁਣ ਅਨਾਨਾਸ ਜਿਹੜਾ ਹੈਗਾ ਇਹ ਹੁੰਦਾ ਕੀ ਹੈ ਉਹ ਹੈਗਾ ਬ੍ਰੋਮੀਲੀਅਨ ਇਦੇ ਵਿੱਚ ਇੱਕ ਬ੍ਰੋਮੀਲੀਨ ਇੱਕ ਪ੍ਰੋਟੀਨ ਮਿਲਦਾ ਹੈ ਜੋ ਕਿ ਸਾਡੇ ਖਾਣੇ ਨੂੰ ਹਜਮ ਕਰਦਾ ਹੈ ਨੰਬਰ 2 ਸਾਡੀ ਸੋਜਿਸ਼ ਜੋੜਾਂ ਦੀ ਸੋਜਿਸ਼ ਦਰਦਾਂ ਵਾਸਤੇ ਨੈਚੁਰਲ ਪੇਨ ਕਿਲਰ ਜਿਹੜਾ ਰੱਬ ਨੇ ਬਣਾਇਆ ਉਹ ਹੈ ਬ੍ਰੋਮੀਲੀਅਨ। ਅੱਛਾ ਜਿਹੜਾ ਪਾਈਨੈਪਲ ਦੇ ਵਿੱਚ। ਠੀਕ ਹੈ। ਪਰ ਇਹ ਖਾਣਾ ਰਕਸਾ ਥੋੜਾ ਝੌਖਾ ਹੈਗੇ ਇਹਨੂੰ ਕੱਟਣਾ। ਇਹ ਹਾਂ ਇਹਦਾ ਬੈਸਟ ਵੇ ਹੈ ਕਿ ਜਿਹੜਾ ਵੇਚਦਾ ਨੂੰ ਉਹ ਕੱਟ ਦੇਵੇ। ਬਸ ਹਾਂਜੀ ਹਾਂਜੀ। ਉਸ ਤੋਂ ਕਟਵਾ ਲਓ ਗਾ ਦਾ ਕਿਹਨਾ ਪੰਗਾ ਲੈ ਲਓ ਕਿਤੇ। ਕਿੰਦਾ ਸਵਾਦ ਫਰੂਟ ਹੈਗਾ ਤੇ ਔਰ ਇਹਨਾ ਮਹਿੰਗਾ ਵੀ ਨਹੀਂ ਹੈ। ਇਹ ਇਹਨੂੰ ਆਪਾਂ ਖਾਣਾ ਕਿਸ ਤਰ੍ਹਾਂ ਹੈ ਇਹਨੂੰ ਆਪਾਂ ਕਰ ਰਿਹਾ ਕਿ ਪਾਈਨੈਪਲ ਨੂੰ ਅਸੀਂ ਇਹਦੇ ਸਲਾਈਸ ਬਣਾ ਲਓ। ਫਾੜੀਆਂ ਬਣਾ ਲਓ। ਫਾੜੀਆਂ ਬਣਾ ਕੇ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਫ੍ਰਿਜ ਵਿੱਚ ਰੱਖ ਲਓ। ਜੀ। ਠੀਕ ਬਹੁਤ ਸੋਹਣਾ ਉਹ ਹੈਗਾ ਦਹੀਂ ਅੱਛਾ ਠੀਕ ਹੈ ਦਹੀਂ ਦੇ ਵਿੱਚ ਪਾਈਨੈਪਲ ਪਾ ਲੋ ਜਿਹੜਾ ਰਾਇਤਾ ਮਸ਼ਹੂਰ ਹੈ ਮਸ਼ਹੂਰ ਰਾਇਤਾ ਉਹ ਹੈਗਾ ਪਾਈਨੈਪਲ ਰਾਇਤਾ ਪਾਈਨੈਪਲ ਰਾਇਤਾ ਹਾਂਜੀ ਠੀਕ ਹੈ ਅੱਜ ਕੱਲ ਹਾਟਲਾਂ ਵੱਡੇ ਹੋਟਲਾਂ ਚ ਹਾਂਜੀ 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 ਤੇ ਆਪਾਂ ਇਹਨੂੰ ਪਾਈਨੈਪਲ ਦੀ ਦੋ ਫਾੜੀਆਂ ਚੱਕੀਆਂ ਦਹੀਂ ਲਿਆ ਦਹੀਂ ਦੇ ਵਿੱਚ ਬਰੀਕ ਬਰੀਕ ਕਟਿਆ ਤੇ ਉਹ ਦਹੀਂ ਚ ਪਾ ਕੇ ਅਸੀਂ ਉਹਨੂੰ ਖਾ ਸਕਦੇ ਹਾਂ ਮਿਲਣਾ ਕੀ ਹੈ ਇਹਦੇ ਵਿੱਚ ਉਹ ਬ੍ਰੋਮੀ ਲਿਆ ਨਹੀਂ ਮਿਲਣਾ ਠੀਕ ਹੈ ਜੀ ਤੇ ਜਿਆਦਾਤਰ ਲੋਕ ਡਾਕਟਰ ਸਭ ਜੂਸ ਪੀਂਦੇ ਨੇ ਪਾਈਨੈਪਲ ਦਾ ਉਹ ਵੀ ਠੀਕ ਹੈ ਜੂਸ ਦੇਖੋ ਜੂਸ ਵੀ ਤੁਸੀਂ ਨਾ ਪ੍ਰੋਟੀਨ ਮਾਰ ਲੋਗੇ ਅੱਛਾ ਜੂਸ ਜਿਹੜਾ ਹੈਗਾ ਨਾ ਇਹਨੂੰ ਵੈਸੇ ਜੂਸ ਹੀ ਪੀ ਸਕਦੇ ਹੋ ਤੁਸੀਂ ਘਰ ਬਣਾ ਕੇ ਪਿਓ ਫਰੈਸ਼ ਪੀਓ ਫਿਰ ਠੀਕ ਹੈ ਜੂਸ ਪੀਣਾ ਹੈ ਤੁਸੀਂ ਕੋਈ ਵੀ ਪੀ ਲੋ ਚਲੋ ਮੰਨ ਲਈ ਚੋੜੀ ਗੱਲ ਸਾਨੂੰ ਮਤਲਬ ਟੇਸਟ ਮਤਲਬ ਕੀ ਹੈ ਛੁਪਦਾ ਹੈ ਪਾਈਨੈਪਲ ਤੇ ਜੂਸ ਪੀ ਲੋ ਪਰ ਇਹ ਹੈ ਕਿ ਹੁਣੇ ਕੱਟਿਆ ਤੇ ਹੁਣੇ ਪੀ ਲੋ ਨਾਲ ਦੇ ਨਾਲ ਕਰਨਾ ਤੇ ਨੇਚਰਲ ਵੇ ਨਾ ਕਰਨਾ ਜੀ ਠੀਕ ਹੈ ਜੀ ਦਾ ਸਾਹਿਬ ਜਿਹੜਾ ਤੁਸੀਂ ਹੁਣੇ ਦੱਸਿਆ ਕਿ ਪਾਈਨੈਪਲ ਨੂੰ ਕੱਟ ਕੇ ਸਲਾਈਸ ਬਣਾ ਕੇ ਪਾਣੀ ਚ ਪਾ ਕੇ ਰੱਖ ਦਿਓ ਕਿੰਨਾ ਕੁ ਟਾਈਮ ਰੱਖਣਾ ਹੈ ਇਹ ਆਪਾਂ ਫ੍ਰੀਜ ਦੇ ਵਿੱਚ ਰੱਖ ਸਕਦੇ ਹਾਂ 3-4 ਦਿਨ ਖਰਾਬ ਨਹੀਂ ਹੁੰਦਾ ਅੱਛਾ ਫ੍ਰੀਜ ਦੇ ਵਿੱਚ ਪਤਿੰਨ ਚੰਨਾਂ ਦੇ ਰੱਖ ਸਕਦੇ ਮਨ ਉਹਦੇ ਵਿੱਚ ਜਿਹੜੇ ਉਹਦੇ ਤੱਤ ਹੁੰਦੇ ਨੇ ਉਹ ਖਰਾਬ ਨਹੀਂ ਹੁੰਦੇ ਠੀਕ ਹੈ ਇਹ ਖਰਾਬ ਨਹੀਂ ਹੋਣਗੇ ਚਿਲੇ ਥੱਲੇ ਰੱਖ ਲਓ ਥੱਲੇ ਨਹੀਂ ਟ੍ਰੇਡ ਰੱਖਣੀ ਉੱਪਰ ਟੇਡ ਰੱਖਣੀ ਹੈ ਤੇ ਤਿੰਨ ਚਾਰ ਦਿਨ ਰਾਮਾ ਰਹਿ ਜਾਂਦਾ ਹੈ ਪਾਈਨੈਪਲ ਦੇ ਵਿੱਚ ਜਦ ਤੱਕ ਉਹ ਜੂਸ ਪਾਈਨੈਪਲ ਦੇ ਵਿੱਚ ਹੈ ਨਾ ਹਾਂਜੀ ਫਾਇਰੀ ਦੇ ਵਿੱਚ ਹੈ ਤੱਕ ਕੋਈ ਖਰਾਬ ਨਹੀਂ ਹੋਏਗਾ ਕੋਈ ਖਰਾਬ ਨਹੀਂ ਹੋਏਗਾ ਜੇ ਅਗਰ ਆਪਾਂ ਇਹਨਾਂ ਨੂੰ ਪਲ ਐਂਟੀ ਰੱਖ ਦਵਾਂਗੇ ਅਸੀਂ ਫ੍ਰੀਜ ਦੇ ਵਿੱਚ ਸੁੱਕ ਜਾਏਗਾ ਹਾਂਜੀ ਡਰਾਈ ਹੋ ਜਾਏਗਾ ਤਾਂ ਮੈਂ ਕਿਹਾ ਕਿ ਇਤਨਾ ਪਾਣੀ ਵੀ ਹੈਗਾ ਨਾ ਪਾਣੀ ਵੀ ਅਸੀਂ ਰਾਇਤੇ ਵਿੱਚ ਪਾ ਕੇ ਪੀ ਸਕਦੇ ਹਾਂ ਪਾਣੀ ਛੁੱਟਣਾ ਨਹੀਂ ਹੈ ਠੀਕ ਹੈ ਉਹਦੇ ਵਿੱਚ ਉਹਦਾ ਨਿਕਲ ਆਉਂਦਾ ਹੈ ਜੂਸ ਠੀਕ ਹੈ ਜੀ ਤੇ ਉਸ ਤੋਂ ਅਗਲੀ ਗੱਲ ਵੀ ਮੇਨ ਗੱਲ ਹੈਗੀ ਹੈ ਉਹ ਹੈਗੀ ਵਿਟਾਮਿਨ ਸੀ ਹੂੰ ਵਿਟਾਮਿਨ ਸੀ ਜਿਹੜੀ ਹੈਗੀ ਹੈ ਨਾ ਦੇਖੋ ਇਹਦੇ ਵਿੱਚ ਸਾਰੇ ਤੁਹਾਨੂੰ ਮੈਂ ਸਮਝਾਉਂਦਾ ਕਿ ਕਿਹੜੇ ਫਰੂਟ ਖਾਣੇ ਚਾਹੀਦੇ ਹਨ ਜੀ ਹੁਣ ਵਿਟਾਮਿਨ ਸੀ ਕਿੱਥੇ ਮਿਲਦੀ ਹੈ ਦਿਮਾਗ ਲਾਓ ਖਟੀਆਂ ਚੀਜ਼ਾਂ ਖਟੀਆਂ ਚੀਜ਼ਾਂ ਜਿਹਨੇ ਨਿੰਬੂ ਅਸੀਂ ਕੀ ਕਰਦੇ ਆ ਯੂਰਿਕ ਐਸਿਡ ਵਾਲੇ ਮਿੰਤਾ ਜੀ ਮੈਨੂੰ ਤਾਂ ਜੀ ਪੈਡੀ ਨੇ ਗਿਆ ਸੀਗਾ ਕਿ ਉਹ ਖਟਾਈ ਨਹੀਂ ਖਾਣੀ ਨਿੰਬੂ ਨਹੀਂ ਬਿਲਕੁਲ ਨਿੰਬੂ ਨਹੀਂ ਖਾਣਾ ਮੈਂ ਤੇ ਨਿੰਬੂ ਤੇ ਬਹੁਤ ਪਿੱਛੇ ਆਈ ਕਿਸੇ ਵਾਲੇ ਤੇ ਨਿੰਬੂ ਨਹੀਂ ਖਾਂਦੇ ਹੈਗੇ ਤੇ ਨਿੰਬੂ ਨਾਲ ਕਹਿੰਦੇ ਕਿ ਮੇਰਾ ਜੋੜਾ ਦਰਦ ਹੋ ਜਾਂਦੀ ਹੈ ਇਹ ਕਹਿੰਦੇ ਆ ਨਿੰਬੂ ਸਾਡਾ ਕੈਲਸ਼ੀਅਮ ਦੋ ਦਿੰਦਾ ਹੈ ਇਹ ਬਹੁਰੇ ਬਹਿਨ ਨੇ ਆਪ ਦੇ ਆਪ ਬਣਾਏ ਜਿਹੜੇ ਮੇਕ ਹੈਗੇ ਨੇ ਹਾਂਜੀ ਤੁਹਾਨੂੰ ਮੈਂ ਕਹਿਆ ਸੀ ਨਾ ਪਹਿਲੇ ਕਿ ਮੈਂ ਦੱਸੂਗਾ ਕਿ ਪਾਲਕ ਕਾਵੇਂ ਖਾਣੀ ਹੈ ਜਿਹੜੀ ਆਪਾਂ ਪਾਲਕ ਖਾਣੀ ਹੈ ਨਾ ਉੱਤੇ ਵਿਟਾਮਿਨ ਸੀ ਆ ਗਿਆ ਦੇਖੋ ਜਦ ਵੀ ਅਸੀਂ ਪਾਲਕ ਖਾਣੀ ਹੈ ਥੋੜੀ ਬਹੁਤ ਨਾਲ ਯੂਰਿਕ ਐਸਿਡ ਠੀਕ ਠਾਕ ਹੈਗਾ ਉਹ ਨਿੰਬੂ ਦੋ ਫਾੜੀਆਂ ਨਚੋੜ ਲੈਣ ਪਾਲਕ ਦੇ ਵਿੱਚੀ ਖਾਣ ਤੋਂ ਜਸਟ ਪਹਿਲੇ ਠੀਕ ਹੈ ਇਹ ਨਹੀਂ ਕਿ ਖਾਣਾ ਅੱਧੇ ਘੰਟੇ ਬਾਅਦ ਨਚੋੜ ਪਹਿਲੇ ਲੋ ਉਹ ਨਹੀਂ ਕਰਨਾ ਇਹ ਆਪਾਂ ਪਾਲਕ ਨੂੰ ਅਸੀਂ ਅਗਰ ਨਿੰਬੂ ਦੇ ਨਾਲ ਖਾਵਾਂਗੇ ਅਗਰ ਨਿੰਬੂ ਪਾਲਕ 'ਚ ਨਹੀਂ ਪਾਣਾ ਤੁਸੀਂ ਨਾਲ ਮooli ਗਾਜਰ ਰੱਖ ਕੇ ਸਲਾਦ ਦੇ ਵਿੱਚ ਉਹ ਕਾਲਾ ਨੂਨ ਤੇ ਉਹ ਤੇ ਨਿੰਬੂ ਨਿਚੋੜ ਕੇ ਸਲਾਦ ਖਾ ਲੋ ਹਾਂਜੀ ਗੱਲ ਤਾਂ ਇੱਕ ਹੀ ਹੈ ਬਿਲਕੁਲ ਬਿਲਕੁਲ ਜਦ ਵੀ ਪਾਲਕ ਖਾਣੀ ਹੈ ਇਸ ਬੰਦੇ ਨੇ ਯੂਰਿਕ ਐਸਿਡ ਹੈ ਜਾਂ ਤਾਂ ਉਹ ਨਿੰਬੂ ਪਾ ਲੈ ਜਾਂ ਜਾਂ ਇਸ ਸਲਾਦ ਦੇ ਵਿੱਚ ਨਿੰਬੂ ਪਾ ਕੇ ਖਾਵੇ ਠੀਕ ਹੈ ਇਹ ਵਿਟਾਮਿਨ ਸੀ ਦੇ ਹੋਰ ਤਾਂ ਮੈਂ ਚੀਜ਼ਾਂ ਦੱਸਦਾ ਹਾਂ ਅਮਰੂਦ ਹੁਣ ਅਮਰੂਦ ਤੇ ਵਿਟਾਮਿਨ ਸੀ ਵੀ ਕਾਫੀ ਜ਼ਿਆਦਾ ਮਿਲਦਾ ਹੈ ਤੇ ਇਹ ਐਂਟਾ ਐਸਿਡ ਹੈ ਇਹ ਐਸਿਡ ਦੇ ਖਿਲਾਫ ਕੰਮ ਕਰਦਾ ਤੁਸੀਂ ਲਿਖਿਆ ਮੂੰਹ ਜ ਅਮਰੂਦ ਖਾਂਦੇ ਹੋ ਤਾਂ ਉਹ ਥੋੜਾ ਮੁੱਕਸ਼ਲਾਜਾ ਹੋ ਜਾਂਦਾ ਹਾਂਜੀ ਹਾਂਜੀ ਹੈਨਾ ਇਹ ਐਸਿਡ ਦੇ ਖਿਲਾਫ ਹੁੰਦਾ ਹੈ ਉਦੇ ਜਿਹੜੇ ਅਮਰੂਦ ਦੇ ਬੀਨ ਨੇ ਉਹ ਵੀ ਕਾਫੀ ਲਾਹੇਵੰਦ ਹੁੰਦੇ ਨੇ ਬਿਲਕੁਲ 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 ਇਹ ਆਪਣਾ ਇਹ ਯੂਰਿਕ ਐਸਿਡ ਘਟਾਏਗਾ 100% ਠੀਕ ਹੈ ਟੀਵੀ ਹੋਗੀ ਜੀ ਹੈਨਾ ਟੀਵੀ ਵੀ ਆਪਾਂ ਇੱਕ ਮਾਤਰਾ ਵਿੱਚ ਖਾ ਸਕਦੇ ਜਿਆਦਾ ਨਹੀਂ ਖਾਣੀ ਹੈਗੀ ਤੇ ਬਨਾਣਾ ਕੇਲਾ ਕੇਲਾ ਤਾਂ ਆਮ ਹੀ ਲੋਕ ਖਾਂਦੇ ਨੇ ਹੁਣ ਕੇਲੇ ਵਿੱਚ ਦੇਖੋ ਇਹ ਪੋਟਾਸ਼ੀਅਮ ਤੇ ਉਹਦੇ ਵਿੱਚ ਵਿਟਾਮਿਨ ਸੀ ਜੀ ਤੇ ਹੁਣ ਇਹ ਵੀ ਨਹੀਂ ਹੈ ਕੇਲਾ ਖਾਤਾ ਤਾਂ ਕੇਲਾ ਦਰ ਕੇ ਖਾਣਾ ਸ਼ੁਰੂ ਕਰ ਦੋ 1 ਤੋਂ ਜ਼ਿਆਦਾ ਨਹੀਂ 1 ਤੋਂ ਜ਼ਿਆਦਾ ਨਹੀਂ ਖਾਣਾ ਐਪਲ ਨਿੰਬੂ ਸੰਤਰਾ ਮਸੰਮੀ ਮਸੰਮੀ ਠੀਕ ਹੈ ਨਾ ਖੱਟੀਆਂ ਚੀਜ਼ਾਂ ਆ ਗਈਆਂ ਸਾਰੀਆਂ ਹੁਣ ਆਪਾਂ ਖੱਟੀਆਂ ਚੀਜ਼ਾਂ ਜਿਹੜੀਆਂ ਇਹ ਵਾਲੀ ਚੀਜ਼ਾਂ ਖਾਵਾਂਗੇ ਹੁਣ ਤੁਸੀਂ ਸਮਝਾਇਆ ਸੀ ਕਿ ਐਸਿਡ ਦੇ ਖਿਲਾਫ ਕਰਨਾ ਹੈ ਹੈਨਾ ਇੱਕ ਤਾ ਉਹ ਕੰਮ ਕਰੇਗੀ ਇੱਕ ਸਾਡੀਆਂ ਵਿਟਾਮਿਨ ਸੀ ਜਿਹੜੀਆਂ ਇਹ ਪੋਟਾਸ਼ੀਅਮ ਹੁੰਦਾ ਇਹਨਾਂ ਵਿੱਚ ਇਹ ਸਾਡਾ ਪਿਸ਼ਾਬ ਕੱਟਣ ਗਿਆ ਹੈਲਪ ਕਰਨ ਗਿਆ ਤੇ ਉਹਦਾ ਪਿਸ਼ਾਬ ਨਿਕਲੇਗਾ ਯੂਰਿਕ ਐਸਿਡ ਬਾਹਰ ਨਿਕਲੇਗਾ ਠੀਕ ਹੈ ਇੱਕ ਦੋ ਚੀਜ਼ਾਂ ਨੇ ਇੱਕ ਆਪਾਂ ਯੂਰਿਕ ਐਸਿਡ ਬਣਨ ਨਹੀਂ ਦੇਣਾ ਬੇਚੀਜ਼ਾਂ ਤੋਂ ਮਨਾ ਕੀਤੀਆਂ ਜਿਹੜਾ ਬਣ ਗਿਆ ਤੇ ਉਹਨੂੰ ਕਢਣਾ ਕਹਵੇਂ ਆ ਕਢਣਾ ਕਿਵੇਂ ਆ ਬਿਲਕੁਲ ਇਹ ਬਣਨਾ ਵੀ ਜ਼ਰੂਰੀ ਹੈ ਕਢਣਾ ਵੀ ਜ਼ਰੂਰੀ ਹੈ ਤੇ ਕੰਟਰੋਲ ਕਿਵੇਂ ਕਰੀਏ ਕੰਟਰੋਲ ਕਿਵੇਂ ਕਰੀਏ ਹੁਣ ਜਿਹੜੀ ਅਗਲੀ ਚੀਜ਼ ਹੈਗੀ ਆ ਆਪਾਂ ਤੁਹਾਨੂੰ ਮੈਂ ਦੱਸ ਦਿਆਂ ਕਿ ਜੂਸ ਕਰਚ ਆਪਾਂ ਕਿਸੇ ਦਾ ਬਣਾ ਸਕਦੇ ਆ ਜਿਹੜਾ ਕਿ ਯੂਰਿਕ ਐਸਿਡ ਜਿਹੜਾ ਉਹ ਕੰਟਰੋਲ ਹੋਵੇ ਹੁਣ ਇਹ ਵਿੱਚ ਤਿੰਨ ਚੀਜ਼ਾਂ ਪੈਣਗੀਆਂ ਇੱਕ ਹੋ ਗਿਆ ਖੀਰਾ ਇੱਕ ਹੋ ਗਿਆ ਚਕੰਦਰ ਇੱਕ ਹੋ ਗਈ ਆਪਣੀ ਗਾਜਰ ਗਾਜਰ ਜਿਹੜੀ ਆਪਾਂ ਰੋਜ਼ ਮੱਲਾਂ ਦਾ ਖਾਣੇ ਆ ਹਾਂਜੀ 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 ਇਹ ਤੁਸੀਂ ਸਮ ਮਾਤਰਾ ਥ ਲੈ ਲਓ ਬਰਾਬਰ ਲੈ ਲਓ ਤੇ ਇਹਦਾ ਤੁਸੀਂ ਜੂਸ ਕਰ ਲਓ ਸਿਕੰਦਰ ਦਾ ਜੂਸ ਕੱਢਣ ਨੂੰ ਮੈਂ ਗਲਾਸ ਵਿੱਚ ਰਸਿਆ ਸੀ ਕਿ ਤੁਸੀਂ ਇਹਨੂੰ ਇਲੈਕਟ੍ਰਿਕ ਇਹਨਾਂ ਕੱਢਣਾ ਹੈ ਜੀ ਇਹਨੂੰ ਬਰੀਕ ਬਰੀਕ ਕੱਟ ਕੇ ਪੱਤੇ ਵੀ ਕੱਟ ਸਕਦੇ ਆ ਤੇ ਇਹਨੂੰ ਆਪਾਂ ਮਿਕਸੀ ਚ ਪਾ ਕੇ ਇਹਨੂੰ ਕ੍ਰਸ਼ ਕਰਕੇ ਠੀਕ ਹੈ ਤੇ ਪਾਣੀ ਪਾ ਕੇ ਉਹ ਚੋਂ ਤੇ ਅਸੀਂ ਫਿਲਟਰ ਕਰ ਸਕਦੇ ਆ ਅਸੀਂ ਇਹਨੂੰ ਫਿਲਟਰ ਕਰ ਸਕਦੇ ਆ ਤੇ ਫਿਲਟਰ ਕਰਨ ਤੋਂ ਬਾਅਦ ਬਾਕੀ ਇਹ ਜੂਸ ਤੁਸੀਂ ਕਰ ਲਓ ਜਿਹੜਾ ਆਪਣਾ ਹੈਗਾ ਗਾਜਰ ਦਾ ਤੇ ਉਹਦਾ ਖੀਰੇ ਦਾ ਉਹ ਚ ਮਿਕਸ ਕਰ ਠੀਕ ਹੈ ਠੀਕ ਹੈ ਤੁਹਾਨੂੰ ਰਾਜ ਜੂਸ ਉਸੇ ਨਾਲ ਕੱਢ ਲਓ ਹਨਾ ਠੀਕ ਹੈ ਮਿਕਸੀ ਦੇ ਵਿੱਚ ਨਿਕਲਦਾ ਤੇ ਜਿਹੜਾ ਕੈਰੇਟਰੀ ਮਿਕਸੀ ਚ ਨਿਕਲਦਾ ਹੈ ਵੈਸੇ ਪਰ ਉਹਦਾ ਤਰੀਕਾ ਹੋਰ ਹੈ ਜਨਾ ਕੋ ਜੂਸ ਕੱਢਦੀ ਮਸ਼ੀਨ ਆਈ ਹੈ ਹਨਾ ਆਪਾਂ ਉਹਦੇ ਨਾਲ ਕੱਢ ਸਕਦੇ ਹਾਂ ਤੇ ਇਹ ਬਿਲਕੁਲ ਆਸਾਨ ਤਰੀਕਾ ਹੈ ਦੇਖੋ ਠੀਕ ਹੈ ਇਹ تین ਚੀਜ਼ਾਂ ਦਾ ਜੂਸ ਪੀਓਗੇ ਤਿੰਨੋ ਚੀਜ਼ਾਂ ਯੂਰਿਕ ਐਸਿਡ ਘੇਰ ਦੀਆਂ ਨੇ ਜੀ ਠੀਕ ਹੈ ਜੀ ਅੱਛਾ ਇਹਦੇ ਵਿੱਚ ਅਗਰ ਹੋਚ ਨਾ ਕਰਨਾ ਤੁਸੀਂ ਇਹ ਚ ਨਿੰਬੂ ਪਾ ਲਓ ਹਮ ਗਲਤੀ ਆ ਜਾਂਦੀ ਟੇਸਟ ਬਣ ਜਾਏ ਬਿਲਕੁਲ ਨਿੰਬੂ ਪਾ ਲਓ ਫਾਇਦੇਮੰਦ ਵੀ ਹਾਂ ਹਾਂ ਜੀ ਹਾਂ ਜੀ ਤਾਂ ਸੀ ਮਿਲ ਜੇਗਾ ਤੇ ਇਹ ਚ ਆਪਾਂ ਕੀ ਕਰਦੇ ਹਾਂ ਇੱਕ ਹੋ ਗਲਤੀ ਕਰਦੇ ਹਾਂ ਕਿ ਆਪਾਂ ਹਾਈ ਆਪਣਾ ਦੁੱਧ ਛੱਡ ਦਿੰਨੇ ਆ ਦੁੱਧ ਪ੍ਰੋਟੀਨ ਹੁੰਦਾ ਨਾ اچھا ਜਿਹੜਾ ਯੂਰਿਕ ਐਸਿਡ ਹੁੰਦਾ ਨਾ ਇਹ ਬਹੁਤ ਗਲਤੀ ਕਰਦੇ ਆ ਕਿ ਦੁੱਧ ਛੱਡ ਦਿੰਦੇ ਆ ਪਨੀਰ ਨਹੀਂ ਖਾਂਦੇ ਬਿਲਕੁਲ ਦੁੱਧ ਦੀਆਂ ਸਾਰੀਆਂ ਚੀਜ਼ਾਂ ਛੱਡ ਦਿੰਦੇ ਆ ਹਾਂ ਮੇਰੇ ਜੀ ਐ ਹੁੰਦਾ ਇੱਥੇ ਮੇਰੀ ਗੈਸ ਬਣ ਗਈ ਮੇਰਾ ਇਹ ਹੋ ਗਿਆ ਉਹ ਹੋ ਗਿਆ ਇਹ ਚੀਜ਼ਾਂ ਨਹੀਂ ਕਰਦੇ ਨੇ ਆਪਾਂ ਇਹਦਾ ਹੁਣ ਹੱਲ ਕੀ ਕਰਨਾ ਹੈ ਜਿਹੜਾ ਆਪਾਂ ਦੁੱਧ ਪੀਣਾ ਨਾ ਲੋ ਫੈਟ ਪੀ ਲਓ ਠੀਕ ਹੈ ਤਾਂ ਕਿ ਇਹ ਜ਼ਰੂਰ ਹੈ ਤਾਂ ਕਿ ਉਹ ਪਚ ਜਾਏ ਫੈਟ ਕੱਢ ਕੇ ਸਾਨੂੰ ਯੂਰਿਕ ਐਸਿਡ ਦਾ ਫਾਇਦਾ ਨਹੀਂ ਹੋਣਾ ਦੁੱਧ ਪੀ ਕੇ ਸਾਨੂੰ ਫਾਇਦਾ ਹੋਣਾ ਦੁੱਧ ਪੀ ਕੇ ਕਿਉਂ ਫਾਇਦਾ ਹੋਣਾ ਕਿ ਆਪਾਂ ਪ੍ਰੋਟੀਨ ਖਾਣਾ ਵੀ ਤਾਂ ਹੈ ਬਿਲਕੁਲ ਉਹ ਵੀ ਜ਼ਰੂਰੀ ਹੈ ਹੈਨਾ ਕਿਉਂਕਿ ਇੱਕ ਬਿਮਾਰੀ ਤੁਸੀਂ ਹਟਾਉਣ ਲੱਗੋਗੇ ਦੂਸਰੀ ਲੱਗ ਜਾਏਗੀ ਤਾਂ ਤੋਂ ਮੈਂ ਕੀ ਦੱਸ ਦਿੰਦਾ ਕਿ ਯੂਰਿਕ ਐਸਿਡ ਦਾ ਫੇਰ ਵੀ ਹੱਲ ਹੈਗਾ ਜੀ ਅਗਰ ਡਾਈਟ ਨਾਲ ਨਹੀਂ ਹੁੰਦਾ ਤਾਂ ਡਾਕਟਰਾਂ ਕੋਲ ਪ੍ਰੋਫੈਸ਼ਨਲ ਜਾ ਕੇ ਐਦਾ ਦਵਾਈਆਂ ਦਾ ਹੱਲ ਹੈਗਾ ਲੇਕਿਨ ਮੋਟਾਪੇ ਦਾ ਹੱਲ ਨਹੀਂ ਆਏਗਾ ਜੀ ਯੂਰਿਕ ਐਸਿਡ ਦਾ यूरिक एसिड का जरा है ना अपने को हल है अपा डाइट ना ठीक कर लिये चाहे चीज खानी है, नहीं खानी है सलाह लेक करे लेकिन जो प्रोटीन छा अपना मोटापा पैदा कर लोगे ਉਹਦਾ ਹੱਲ ਨਹੀਂ ਹੈਗਾ ਨਾ ਡਾਕਟਰ ਕੋਲ ਹੈ ਨਾ ਤੁਹਾਡੇ ਕੋਲ ਹੋਣਾ ਹੈ ਨਾ ਹੀ ਤੁਰ ਪਾਣਾ ਹੈ ਕਿ ਮੇਰੇ ਗੋਡੇ ਨਹੀਂ ਚੱਲਦੇ ਮੇਰਾ ਮੋਟਾ ਮੋਟਾ ਹੋ ਗਈ ਮੋਟੀ ਹੋ ਗਈ ਮੈਂ ਹੈ ਨਾ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਤੇ ਆਪਾਂ ਥੋੜਾ ਦਿਮਾਗ ਨਾਲ ਚੱਲਣਾ ਹੈ ਇਹ ਬਿਮਾਰੀ ਬੜੀ ਬਹੁਤ ਜ਼ਿਆਦਾ ਆਪਣੇ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਯੂਰੀਕ ਐਸਿਡ ਦੀ ਇਹ ਬਸ ਸਾਰੇ ਇਹ ਬੋਲਦੇ ਡਾਕਟਰ ਸਾਹਿਬ ਮੇਰਾ ਯੂਰੀਆ ਵੱਧ ਗਿਆ ਹਾਂ ਜੀ ਤੇ ਇਹ ਇਹ ਦੇਖੋ ਇਹਦਾ ਵਧਣਾ ਹੀ ਵਧਣਾ ਹੈ ਹੁਣ ਕਿਉਂਕਿ ਆਪਾਂ ਮੋਟੇ ਵੀ ਹੋ ਜਾਂਦੇ ਆ ਸਾਡਾ ਖਾਨ ਪੀਣ ਵੀ ਸਾਡਾ ਠੀਕ ਨਹੀਂ ਹੁੰਦਾ ਤੇ ਆਪਾਂ ਗਲਤੀਆਂ ਕਰ ਲੈਂਦੇ ਆ ਜੋ ਮੈਂ ਚੀਜ਼ਾਂ ਦੱਸੀਆਂ ਆ ਆਪਾਂ ਇਸ ਚੀਜ਼ ਤੋਂ ਬਚ ਕੇ ਰਹਿਣਾ ਤੇ ਹੁਣ ਇਸ ਤੋਂ ਬਾਅਦ ਆਉਂਦੀ ਆ ਕਿ ਆਪਾਂ ਜਿਸ ਤਰ੍ਹਾਂ ਸਵੇਰ ਦੇ ਟਾਈਮ ਤੇ ਵਿੱਚ ਨਾ ਇੱਕ ਓਟ ਮੀਲ ਲੈ ਲਈਏ ਅੱਛਾ ਓਟ ਜਿਹੜਾ ਹੈਗੇ ਨੇ ਨਾ ਓਟਸ ਵੀ ਆਪਣੇ ਸਰੀਰ ਦੇ ਵਿੱਚ ਐਸਿਡ ਨਹੀਂ ਬਣਾ ਦਿੰਦੇ ਠੀਕ ਹੈ ਤੇ ਡਰਾਈ ਫਰੂਟਸ ਆਪਾਂ ਹਾਂ ਇਹ ਆਪਾਂ ਬ੍ਰੇਕਫਾਸਟ ਅਗਰ ਆਪਾਂ ਓਟ ਮਿਲਡਾ ਲੈ ਲਈਏ ਹੈਵੀ ਨਾ ਲਈਏ ਬ੍ਰੇਕਫਾਸਟ ਨੂੰ ਤੇ ਉਹ ਵੀ ਇਹਨੂੰ ਯੂਰਿਕ ਐਸਿਡ ਨੂੰ ਕਾਫੀ ਹੈਲਪ ਕਰਦਾ ਠੀਕ ਹੈ ਦੇਖੋ ਡਰਾਈ ਫਰੂਟਸ ਆਪਾਂ ਖਾ ਸਕਦੇ ਆ ਜੀ ਡਰਾਈ ਫਰੂਟਸ ਵੀ ਜਿਹੜੇ ਹੈਗੇ ਨੇ ਸਾਡੇ ਜੋੜਾਂ ਦੇ ਵਿੱਚ ਜਾਣ ਪਾਉਂਦੇ ਨੇ ਨਟਸ ਹੋਗੇ ਬਦਾਮ ਹੋਗੇ ਇਹ ਆਪਾਂ ਖਾ ਸਕਦੇ ਆ ਠੀਕ ਹੈ ਠੀਕ ਹੈ ਜੀ ਡਰਾਈ ਫੂਡ ਆਪਾਂ ਇਹਦੇ ਵਿੱਚ ਆਪਾਂ ਕੁਸਤਾ ਖਾਣਾ ਹੀ ਹੈ ਤੇ ਇੱਕ ਹੋਰ ਚੀਜ਼ ਹੈ ਕ੍ਰੇਲਾ ਅੱਛਾ ਕ੍ਰੇਲਾ ਜਿਹੜਾ ਹੈਗਾ ਇਹ ਪੇਨ ਨੂੰ ਰੀਲੀਫ ਕਰਦਾ ਠੀਕ ਹੈ ਕਰੇਲਾ ਹੁੰਦਾ ਗੋੜਾ ਹੁੰਦਾ ਗੋੜਾ ਹਾਂ ਬਿਟਰ ਗੋੜ ਕਹਿੰਦੇ ਨੇ ਨਾ ਇਹਨੂੰ ਤੇ ਇਹ ਬੇਸਿਕਲੀ ਆਪਾਂ ਖਾ ਸਕਦੇ ਆ ਤੇ ਇਹਦੇ ਵਿੱਚ ਕਰੇਲੇ ਦੇ ਵਿੱਚ ਮਤਲਬ ਦਰਦਾਂ ਵਾਸਤੇ ਹੈਗਾ ਇਹ ਚੱਲ ਤੇ ਲਾਸਟ ਤੇ ਹੈਗਾ ਜਿਹੜੀ ਚੀਜ਼ ਉਹ ਹੈਗੀ ਆ ਸੋਇਆ ਪ੍ਰੋਡਕਟਸ ਠੀਕ ਹੈ ਜਿਹੜੇ ਸੋਇਆ ਪ੍ਰੋਡਕਟਸ ਨੇ ਆਪਾਂ ਆਪਾਂ ਦੇਖੋ ਮੈਂ ਸਮਝਾ ਰਹੇ ਹਾਂ ਪ੍ਰੋਟੀਨ ਆਪਾਂ ਮਾੜਾ ਮੋਟਾ ਲੈਣਾ ਹੀ ਹੈ ਨਾ ਜਿਹੜੇ ਬੈਸਟ ਸੋਰਸ ਆਫ ਪ੍ਰੋਟੀਨ ਨੇ ਉਹ ਤੁਲੀਆਂ ਵੀ ਦਾਲਾ ਕਹਿੰਦੇ ਤੁਹਾਨੂੰ ਮੈਂ ਹੈਨਾ ਆਪਾਂ ਜਿਹੜੀ ਬਾਕੀ ਜਿਹੜੇ ਰਾਜਮਾ ਰੂਜਮਾ ਹੈਗੇ ਨੇ ਇਹਨਾਂ ਨੂੰ ਘੱਟ ਖਾਣੇ ਆ ਤੇ ਸੋਇਆ ਪ੍ਰੋਡਕਟਸ ਖਾਣੇ ਆ ਦੁੱਧ ਅਸੀਂ ਫੈਟ ਫਰੀ ਲੈਣਾ ਠੀਕ ਹੈ ਸਾਨੂੰ ਪ੍ਰੋਟੀਨ ਵੀ ਮਿਲ ਜਾਏਗਾ ਸਾਨੂੰ ਪਿਉਰਿਨ ਫਰੀ ਪ੍ਰੋਟੀਨ ਮਿਲੇਗਾ ਤੇ ਪਿਉਰੀਨ ਤੋਂ ਇਹ ਯੂਰਿਕ ਐਸਿਡ ਬਣਦਾ ਹੈ ਠੀਕ ਹੈ ਯਾਨੀ ਕਿ ਦੇਖੋ ਡਾਕਟਰ ਸਾਹਿਬ ਨੇ ਆਪਾਂ ਨੂੰ ਪੂਰੀ ਲੰਬੀ ਲਿਸਟ ਜਿਹੜੀ ਦੱਸ ਦਿੱਤੀ ਹੈ ਕਿ ਯੂਰਿਕ ਐਸਿਡ ਦੀ ਸਮੱਸਿਆ ਜਿਨ੍ਹਾਂ ਨੂੰ ਹੈ ਉਹਨਾਂ ਨੇ ਆ ਚੀਜ਼ਾਂ ਨਹੀਂ ਖਾਣੀਆਂ ਤੇ ਇਹ ਚੀਜ਼ਾਂ ਖਾਣੀਆਂ ਨੇ ਤੇ ਕਿੰਨੀ ਮਾਤਰਾ ਦੇ ਵਿੱਚ ਖਾਣੀਆਂ ਨੇ ਇਹ ਤੁਸੀਂ ਜ਼ਰੂਰ ਆਪਣੇ ਜਿਨ੍ਹਾਂ ਨੂੰ ਇਹ ਸਮੱਸਿਆ ਹੈਗੀ ਹੈ ਮੈਂ ਜ਼ਰੂਰ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਲਿਖ ਕੇ ਰੱਖ ਲਓ ਡਾਇਰੀ ਤੇ ਲਿਖ ਕੇ ਆਪਣੇ ਰਸੋਈ ਦੀ ਕੰਧ ਤੇ ਜਾਂ ਆਪਣੇ ਕਮਰੇ ਦੇ ਵਿੱਚ ਚਿਪਕਾ ਦਿਓ ਤਾਂ ਕਿ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕੋ ਜਿਹੜੇ ਕਰ ਸਕਦੇ ਜਿਨ੍ਹਾਂ ਕੋਲੇ ਸਮਾਂ ਹੈਗਾ ਕਿ ਕਿ ਜਿਤ ਸੀ ਸਮ ਆਪਣੇ ਸਰੀਰ ਤੇ ਨਹੀਂ ਲਾਉਂਗੇ ਉਹਨੂੰ ਠੀਕ ਕਰਨ ਤੇ ਤੇ ਬਾਕੀ ਫਿਰ ਕੁਝ ਕਰਨ ਦਾ ਫਾਇਦਾ ਹੀ ਕੀ ਹੈ ਜੇ ਸਰੀਰ ਆਪਣੇ ਕੋਲ ਤੰਦਰੁਸਤ ਨਹੀਂ ਹੋਊਗਾ ਸੋ ਡਾਕਟਰ ਸਾਹਿਬ ਇੱਕ ਹੁਣ ਆਪਾਂ ਅਖੀਰ ਤੇ ਜਿਵੇਂ ਤੁਹਾਡੇ ਤੋਂ ਸਲਾਹ ਲੈਣੇ ਹੁੰਦੇ ਹੋ ਕਿ ਆਯੁਰਵੈਦਿਕ ਤਰੀਕਾ ਇਹਦਾ ਕਿਹੜਾ ਹੈਗਾ ਇਹ ਤਾਂ ਡਾਈਟ ਤਾਂ ਆਪਾਂ ਦੱਸ ਦਿੱਤੀ ਐ ਖਾਲਸ ਡਾਈਟ ਹੈ ਤੇ ਆਯੁਰਵੈਦਿਕ ਦਾ ਕੋਈ ਤਰੀਕਾ ਹੈ ਜਿੱਦੇ ਨਾਲ ਐਸਿਡ ਘਟਾਇਆ ਜਾ ਸਕਦਾ ਬਿਲਕੁਲ ਆਯੁਰਵੈਦਿਕ ਦੇ ਵਿੱਚ ਬਹੁਤ ਚੀਜ਼ਾਂ ਹੈਗੀਆਂ ਜਿੱਦੇ ਨਾਲ ਆਪਾਂ ਆਪਣੇ ਸਰੀਰ ਦੇ ਵਿੱਚ ਦੇਖੋ ਦੋਸ਼ ਐ ਇਹ ਆਯੁਰਵੈਦਿਕਸ ਤਾਂ ਦੋਸ਼ ਮੰਨੇ ਜਾਂਦੇ ਨੇ ਨਾ ਤੇ ਇਹ ਜਿਹੜਾ ਪਿਤਜ ਦੋਸ਼ ਹੈਗਾ ਜਿਹੜਾ ਆਪਾਂ ਯੂਰਿਕ ਐਸਿਡ ਬਾਹਰ ਕੱਢਣਾ ਹੈ ਜੀ ਜੀ ਹੈਨਾ ਇਹ ਐਸਿਡ ਹੋ ਗਿਆ ਨਾ ਤੇ ਇਹ ਪਿਤਜ ਹੋ ਗਿਆ ਇਹਨੂੰ ਅਸੀਂ ਬਾਹਰ ਕਵੇਂ ਕੱਢਣਾ ਤੇ ਸਭ ਤੋਂ ਵਧੀਆ ਇਹਦੇ ਵਾਸਤੇ ਹੈਗਾ ਤ੍ਰਿਫਲਾ ਅੱਛਾ ਤ੍ਰਿਫਲਾ ਵਿੱਚ ਵੀ ਦੇਖੋ ਕੀ ਹੁੰਦਾ ਹੈ ਆਮਲਾ ਆਮਲੇ ਵਿੱਚ ਸਾਡਾ ਡਾਈਟ ਦੇ ਵਿੱਚ ਮੈਂ ਇੱਕ ਚੀਜ਼ ਆਪਾਂ ਆਮਲਾ ਜੋੜ ਸਕਦੇ ਹਾਂ ਹਾਂਜੀ ਵਿਟਾਮਿਨ ਸੀ ਦਾ ਸੋਰਸ ਹੈ ਹੈਨਾ ਵਿਟਾਮਿਨ ਸੀ ਆਮਲਾ ਵਿੱਚ ਜੋੜ ਲਓ ਆਪਾਂ ਹੁਣ ਗੱਲ ਕਰਦੇ ਆਂ ਐਰਬੇਜ ਦੀ ਤ੍ਰਿਫਲਾ ਆਮਲਾ ਭੇੜਾ ਹਰੜ ਹੈ ਨਾ ਤੇ ਇਹ ਕੀ ਕਰਦਾ ਕਿ ਇਹ ਆ ਇਹ ਸਾਡੇ ਪੇਟ ਨੂੰ ਸਾਫ ਕਰਦਾ ਤੁਹਾਨੂੰ ਮੈਂ ਸੁਣਾਇਆ ਸੀਗਾ ਕਿ 25% ਸਾਡੇ ਪੇਟ ਚੋਂ ਨਿਕਲਦਾ ਯੂਰਿਕ ਐਸਿਡ 75% ਪਸ਼ਾਬ ਚੋਂ ਨਿਕਲਦਾ ਹੈ ਜਿਹੜਾ ਪੇਟ ਦੇ ਦੋਸ਼ ਘਟਾਉਣ ਦਾ ਤਰੀਕਾ ਹੈਗਾ ਸਭ ਤੋਂ ਵਧੀਆ ਉਹ ਹੈਗਾ ਹੈ ਤ੍ਰਿਫਲਾ ਤ੍ਰਿਫਲੇ ਦੇ 1.5 ਚਮਚ ਅਸੀਂ ਗਰਮ ਪਾਣੀ ਦੇ ਨਾਲ ਖਾ ਸਕਦੇ ਹਾਂ ਇਹ ਸਵੇਰੇ ਰਾਤ ਨੂੰ ਖਾ ਲੈਣਾ ਤੇ ਦਿਨ ਚ ਇੱਕ ਵਾਰੀ ਖਾਣਾ ਤੇ ਆਪਾਂ ਸਵੇਰੇ ਸਾਡਾ ਪੇਟ ਸਾਫ ਹੋਏਗਾ ਇਹ ਦੋਸ਼ ਬਾਹਰ ਆਣਗੇ ਯੂਰਿਕ ਐਸਿਡ ਮ ਲੈਟਰਨ ਤੇ ਮਲ ਰਹੀ ਇਹ ਬਾਹਰ ਨਿਕਲਾਏਗਾ ਜੀ ਉਸ ਤੋਂ ਬਾਅਦ ਜਿਹੜੀ ਸਭ ਤੋਂ ਵਧੀਆ ਚੀਜ਼ ਹੈਗੀ ਹੈ ਨਾ ਆਪਾਂ ਜਿਹੜੇ ਸ੍ਰੋਤਾ ਬਾਹਰ ਹੁੰਦੇ ਨੇ ਉਹਨਾਂ ਨੂੰ ਮਿਲੇਗਾ ਉੱਥੇ ਸੈਲਰੀ ਸੀਡਸ ਠੀਕ ਹੈ ਸੈਲਰੀ ਸੀਡ ਸੈਲਰੀ ਵੀ ਇੱਕ ਤਨੀਏ ਵਾਂਗੂ ਵੈਰਾਈਟੀ ਹੈ ਅਜਵੈਨ ਵਾਂਗੂ ਵੈਰਾਈਟੀ ਹੈ ਜੀ ਜੀ ਅਜਵੈਨ ਤੇ ਤਨੀਆ ਇਹ ਸਾਰੇ ਮਿਲਦੇ ਜੁਲਦੇ ਚੀਜ਼ਾਂ ਹੈਗੀਆਂ ਠੀਕ ਹੈ ਤੇ ਇਹ ਉਹਦੀ ਵੈਰਾਈਟੀ ਹੈਗੀ ਹੈ ਸੈਲਰੀ ਸੀਡਸ ਤੁਹਾਨੂੰ ਬਾਹਰ ਮਿਲ ਜਾਂਦੇ ਨੇ ਲੋਕਾਂ ਨੇ ਸੈਲਰੀ ਨਾ ਬਾਹਰ ਕੰਮਲੇ ਲਾਈ ਹੋਈ ਹੈ अच्छा सैलरी ਆਪਾਂ ਕਦੀ ਗੱਲ ਕਰਾਂਗੇ ਤੇ ਉਹਨਾਂ ਨੂੰ ਪਤਾ ਸੈਲਰੀ ਕੀ ਹੁੰਦੀ ਹੈ ਇੱਧਰ ਵੀ ਮਿਲ ਜਾਂਦੀ ਹੈ ਇੱਧਰ ਵੀ ਮਿਲ ਜਾਂਦੀ ਹੈ ਪਰ ਘੱਟ ਮਿਲਦੀ ਹੈ ਇਹ ਤੁਹਾਨੂੰ ਵੱਡੇ ਵੱਡੇ ਮਾਲਚੀ ਮਿਲਨੀ ਹੈ ਇੱਥੇ ਕੀ ਮਿਲਿਆ ਤੁਹਾਨੂੰ ਦੱਸੂਗਾ ਜਿਹੜੇ ਇੰਡੀਆ ਦੇ ਜਿਹੜੇ ਹੈਗੇ ਨੇ ਸੁਣਨ ਵਾਲੇ ਮੇਰੇ শ্রোਤਾ ਹੈਗੇ ਨੇ ਉਹਨਾਂ ਵਾਸਤੇ ਹੈਗੀ ਹੈ ਅਜਮੋਦ ਅਜਵਾਇਨ اچھا ਅਜਵਾਇਨ ਨਹੀਂ ਅਜਮੋਦਾ ਜੁਵੈਨ ਮਿਲ ਜਾਂਦੀ ਪੰਸਾਇਦੀ ਤੋਂ ਮਿਲ ਜਾਂਦੀ ਹੈ ਠੀਕ ਹੈ ਅਜਵੈਨ ਦੀ ਇਹ ਬਹੁਤ ਛੋਟੀ ਵੈਰਾਈਟੀ ਹੈ ਅਜਵੈਨ ਤੋਂ ਤਿੰਨ ਗੁਣਾ ਛੋਟੀ ਹੁੰਦੀ ਹੈ ਤੇ ਦਿੱਖੀ ਬਹੁਤ ਹੁੰਦੀ ਹੈ ਠੀਕ ਹੈ ਤੇ ਇਹਨੂੰ ਅਸੀਂ ਵੈਸੇ ਕਹਿ ਦਿੰਦੇ ਆ ਅਜਮੋਦਾ ਕਹਿ ਦਿੰਦੇ ਆ ਹੂੰ ਕੋਈ ਅਜਮੋਦ ਕਹਿ ਦਿੰਦਾ ਜੀ ਜੀ ਠੀਕ ਹੈ ਤੁਸੀਂ ਅਜਮੋਦ ਬੋਲੋਗੇ ਨਾ ਪੰਸਾਇਦੀ ਪਕੜ ਲੇਗਾ ਠੀਕ ਹੈ ਤੇ ਇਹ ਆਪਾਂ ਖਾਣੀ ਕਿੰਨੀ ਹੈ ਬਹੁਤ ਤਿੱਖੀ ਹੁੰਦੀ ਹੈ ਚਮਮਚ ਦਾ ਚੌਥਾ ਹਿੱਸਾ ਠੀਕ ਹੈ ਚਮਚ ਦਾ ਹਾਂ ਟਿੱਖੀ ਹੁੰਦੀ ਹੈ ਅਜਮੋਦ ਇਸ ਇੰਜੈਂਟ ਨਾ ਇਹ ਜਿਹੜਾ ਸਮਝਣਾ ਕਿ ਤਿੱਖਾਪਨ ਹੁੰਦਾ ਇਹ ਗੈਸ ਦੇ ਖਿਲਾਫ ਹੈ ਨਾ ਅਜਵੈਨ ਨਾਲ ਉਹ ਢਿੱਡ ਖਿਲਾਫ ਤੇ ਸੜਾ ਗੈਸ ਬੰਦਦੀ ਅਸੀਂ ਕੀ ਖਾਂਦੇ ਹਾਂ ਅਜਵੈ ਨਹੀਂ ਖਾਂਦੇ ਅਜਵੈਨ ਤੇ ਨਮਕ ਠੀਕ ਹੈ ਤੇ ਆਪਾਂ ਬੇਸਿਕ ਚੀਜ਼ਾਂ ਸਾਰੀਆਂ ਹਾਂਜੀ ਪਰ ਅਜਵੈਨ ਦੀ ਅੱਛੀ ਵੈਰਾਈਟੀ ਕੀ ਹੈ ਅਜਮੋਦ ਜੀ ਜਿਹੜੇ ਬਾਹਰ ਵਾਲੇ ਬੰਦੇ ਨੇ ਸੈਲਰੀ ਸੀਡਸ ਠੀਕ ਹੈ ਜੀ ਤੇ ਇਹਨੂੰ ਆਪਾਂ ਚਮਚ ਦਾ ਚੌਥਾ ਹਿੱਸਾ ਅਸੀਂ ਇਹਨੂੰ ਮੂੰਚ ਪਾ ਕੇ ਤੇ ਜਾਂ ਤਾਂ ਇਹਨੂੰ ਗਰਮ ਪਾਣੀ ਨਾਲ ਸਿੱਧਾ ਹੀ ਅੰਦਰ ਕਰ ਲਓ ਜੀ ਜਬਾਨ ਦੀ ਕੋਸ਼ਿਸ਼ ਨਾ ਕਰਿਓ ਤਿੱਖੀ ਹੁੰਦੀ ਹੈ ਜੀਭ ਤੇ ਲੱਗਦੀ ਹੈ ਤੇ ਉਹ ਪਹਿਲੇ ਛੋਟੇ ਛੋਟੇ ਹੁੰਦੀ ਹੈ ਸਾਡਾ ਪੇਟ ਆਪੇ ਕਰ ਲਏਗਾ ਹਜਾ ਮੈਨੂੰ ਠੀਕ ਹੈ ਤੇ ਅਜਮੋਤ ਅਜਵੈਨ ਅਸੀਂ ਖਾ ਸਕਦੇ ਹਾਂ ਦਿਨ ਦੇ ਵਿੱਚ ਇੱਕ ਵਾਰੀ ਤੇ ਇਹ ਆਪਾਂ ਸਵੇਰੇ ਖਾਣ ਦੀ ਕੋਸ਼ਿਸ਼ ਕਰਨੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਣਾ ਆਂਦਾ ਗਲੋਏ ਅੱਛਾ ਗਲੋਏ ਤਾਂ ਆਮ ਮਿਲਦਾ ਹੈ ਆਮ ਹਾਂਜੀ ਹਰ ਕਿਸੇ ਦੇ ਘਰ ਚ ਲੱਗਿਆ ਹੋਇਆ ਲੱਗਿਆ ਹੋਇਆ ਗਲੋਏ ਦਾ ਆਪਾਂ ਯੂਜ਼ ਕਰ ਸਕਦੇ ਹਾਂ ਇਹ ਵੀ ਬਹੁਤ ਅੱਛਾ ਯੂਰਿਕ ਐਸਿਡ ਨੂੰ ਲੋ ਕਰਦਾ ਹੈ ਸੋਥ ਲੋ ਕਰਦਾ ਹੈ ਸੋਥ ਮਤਲਬ ਕੀ ਸਵੇਲਿੰਗ ਸਵੇਲਿੰਗ ਮਤਲਬ ਕੀ ਦਰਦਾ ਠੀਕ ਹੈ ਤੇ ਜੜੀਆਂ ਆਪਣੇ ਅੰਗੂਠੇ ਦਰਦਾ ਹੁੰਦੀਆਂ ਉਹਨਾਂ ਵਾਸਤੇ ਗਲੋਏ ਵੀ ਬਹੁਤ ਅੱਛੀ ਹੈ ਇੱਕ ਚੀਜ਼ ਹੈ ਇੱਕ ਨਿੰਮ ਨਿੰਮ ਤੇ ਸਾਨੂੰ ਮਾਰਕੀਟ ਚ ਐਂ ਦਾ ਪਖਾਣੀ ਪਾਵਾਂਗੇ ਕੈਪਸੂਲ ਹੀ ਮਿਲਦੇ ਹਨ ਹਾਂਜੀ ਨਿੰਮ ਹਮਾਰੀ ਕੰਪਨੀ ਤੇ ਕਿਸੇ ਕੰਪਨੀ ਤੇ ਲੈ ਲਓ ਤੁਸੀਂ ਨਿੰਮ ਤੇ ਮਾਰਕੀਟ ਚ ਕੈਪਸੂਲ ਮਿਲਦੇ ਹਨ ਕਿਸੇ ਕੰਪਨੀ ਤੇ ਵੀ ਲੈ ਲਓ ਠੀਕ ਹੈ ਜੀ ਤੇ ਆਪਾਂ ਨਿੰਮ ਨੂੰ ਵੀ ਨਿੰਮ ਦੇ ਕੈਪਸੂਲ ਜਾਂ ਆਪਾਂ ਨਿੰਮ ਦੇ ਪੱਤੇ ਅੰਦਾਰਕ ਬਣਾ ਕੇ ਵੀ ਪੀ ਸਕਦੇ ਆ ਨਿੰਮ ਦੀਆਂ ਨਮੋਲੀਆਂ ਨਮੋਲੀਆਂ ਦਾ ਘਣਾ ਬਣਾ ਕੇ ਪੀ ਸਕ ਠੀਕ ਹੈ ਨਿੰਬੋਲੀਆ ਤਾਂ ਪਿੰਡਾਂ ਦੇ ਵਿੱਚ ਡਾਕਟਰ ਸਾਹਿਬ ਅਸੀਂ ਵੀ ਛੋਟੇ ਹੁੰਦੇ ਬੜੀਆਂ ਖਾਧੀਆਂ ਹੋਈਆਂ ਨੇ ਉਹ ਐਂ ਦਾ ਤੋੜ ਕੇ ਖਾ ਲਓ ਬਿਲਕੁਲ 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 ਤੇ ਨਿੰਬੋਲੀ ਦਾ ਆਪਾਂ ਤੇਲ ਵੀ ਕੱਢ ਦਿੰਦੇ ਆਂ ਕਈ ਜੀ ਨੀ ਮੋਆਇਲ ਕਹਿੰਦੇ ਨਾ ਮਾਰਕੀਟ 'ਚ ਬੜਾ ਕੁਝ ਮਿਲਦਾ ਪਿਆ ਅੱਜ ਕੱਲ ਹਾਂਜੀ ਤੇ ਇਹ ਨੇਚਰਲ ਚੀਜ਼ਾਂ ਤੁਸੀਂ ਆਪ ਕਰਨੀਆਂ ਠੀਕ ਹੈ ਮਾਰਕੀਟ 'ਚੋਂ ਮੈਂ ਘੱਟੀਆਂ ਚੀਜ਼ਾਂ ਦੱਸਦਾ ਹੁੰਦਾ ਹਾਂ ਪਰ ਜਿਹੜੇ ਬੰਦੇ ਹੁਣ ਨਿੰਮ ਜਨਾ ਕਰਨ ਨਹੀਂ ਹੈਗੀ ਉਹ ਨਹੀਂ ਉਹਦੇ ਕੈਪਸੂਲ ਖਾ ਲਓ ਚਲੋ ਤੁਸੀਂ ਹੈਨਾ ਹਲਦੀ 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 'ਚ ਕਰਕੂਮਿਨ ਮਿਲਦਾ ਹੈ ਜੀ ਕਰਕੁਰਾ ਮੈਂ ਲੜੀ ਹੈਗੀ ਹੈ ਇਹ ਸਾਡੇ ਸਰੀਰ ਦੇ ਸਾਰੇ ਦੋਸ਼ ਠੀਕ ਕਰਦੀ ਹੈ ਤੇ ਇਹ ਸੋਤ ਵੀ ਠੀਕ ਕਰ ਦਿੰਦੀ ਹੈ ਦਰਦਾਂ ਵੀ ਠੀਕ ਕਰਦੀ ਹੈ ਠੀਕ ਹੈ ਤੇ ਹਲਦੀ ਦਾ ਵੀ ਅਸੀਂ ਜਿਆਦਾ ਨਹੀਂ ਲੈਣਾ ਹਲਦੀ ਵੀ ਅਸੀਂ ਜਿਹੜੀ ਲੈਣੀ ਹੈ ਇਹ ਅੱਧਾ ਚਮਚ ਰਾਤ ਨੂੰ ਪਾ ਕੇ ਲੈਣੀ ਹੈ ਜੋ ਬੰਦਾ ਹਲਦੀ ਪੀਂਦਾ ਹੈ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਦਾ ਕਿ ਇਹ ਮੈਨੂੰ ਯੂਰਿਕ ਐਸਿਡ ਤੋਂ ਯਾਦ ਆਇਆ ਇੱਕ ਇਹਦਾ ਸਾਈਡ ਇਫੈਕਟ ਹੋਰ ਹੁੰਦਾ ਹੈ ਕਿ ਯੂਰਿਕ ਐਸਿਡ ਸਟੋਨਸ ਵੀ ਬਣ ਜਾਂਦੇ ਆ ਕਿਡਨੀ ਦੇ ਵਿੱਚ ਅੱਛਾ ਯੂਰੇਟ ਸਟੋਨਸ ਕਹਿੰਦੇ ਆ ਟੌਪਿਕ ਬਹੁਤ ਲੰਬਾ ਹੋ ਜਾਂਦਾ ਹੈ ਤੇ ਆਪਾਂ ਕਿਡਨੀ ਸਟੋਨਸ ਦੀ ਵੈਰਾਈ ਇਕ ਹੁੰਦਾ ਹੈ ਆਕਸਲੇਟ ਇੱਕ ਹੁੰਦਾ ਯੂਰੇਟ ਠੀਕ ਹੈ ਯੂਰੇਟ ਸਟੋਨ ਜੇ ਨਾ ਯੂਰਿਕ ਐਸਿਡ ਜਿਆਦਾ ਹੈਗਾ ਉਹਨਾਂ ਦੇ ਕਿਡਨੀ ਦੇ ਵਿੱਚ ਸਟੋਨ ਬਣਨ ਦੀ ਵੀ ਸੰਭਾਵਨਾ ਹੁੰਦੀ ਹੈ ਹੱਲ ਉਹਦਾ ਇਹੀ ਹੈ ਪਾਣੀ ਪੂਣੀ ਪੀਓ ਤੇ ਤੁਹਾਨੂੰ ਮੈਨੂੰ ਲੱਗਿਆ ਕਿ ਜਿਹੜੀ ਹਲਦੀ ਹੈਗੀ ਹੈ ਹੁਣ ਜਿੰਨੇ ਬੰਦੇ ਨੇ ਹਲਦੀ ਪੀਣੀ ਹੈ ਇਹਦੇ ਵਿੱਚ ਵੀ ਯੂਰੇਟਸ ਹੁੰਦੇ ਨੇ ਠੀਕ ਹੈ ਠੀਕ ਹੈ ਪਰ ਆਪਾਂ ਹਲਦੀ ਦੇ ਨਾਲ ਆਪਾਂ ਦਿਨ ਦੇ ਵਿੱਚ ਇੱਕ ਦੋ ਵਾਰ ਨਿੰਬੂ ਪੀ ਲਾਂਗੇ ਤੇ ਇਹ ਉਹ ਕੰਮ ਕਰਦੇ ਕਿ ਠੀਕ ਹਲਦੀ ਦਾ ਨੁਕਸਾਨ ਹੋਣਾ ਹੈ ਉਹ ਆਪਾਂ ਮਟਾਤਾ ਹਲਦੀ ਦਾ ਫਾਇਦਾ ਹੋਣਾ ਹੈ ਉਹ ਤੁਹਾਡੇ ਵਾਸਤੇ ਠੀਕ ਹੈਗਾ ਉਹ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਇੱਕ ਮੈਂ ਪਹਿਲਾਂ ਸੁਣ ਸੀਗਾ ਐਪਲ ਸਾਈਡਰ ਵਿਨੇਗਰ ਹੈ ਨਾ ਉਹ ਤੁਸੀਂ ਪੀ ਸਕਦੇ ਹੋ ਵਿਟਾਮਿਨ ਸੀ ਦੇ ਪ੍ਰੋਡਕਟ ਖਾ ਸਕਦੇ ਹੋ ਮਿਰਚਾਂ ਪੈਪਰਸ ਕਾਲੀ ਮਿਰਚ ਖਾਸ ਕਰ ਕਾਲੀ ਮਿਰਚ ਕਾਲੀ ਮਿਰਚ ਜਿਹੜੀ ਹੈਗੀ ਹੈ ਇਹ ਆਪਾਂ ਡਾਈਟਸ ਖਾਣੇ ਆ ਸਲਾਦ ਪਾ ਕੇ ਖਾ ਸਕਦੇ ਆ ਤુલਸੀ ਦੇ ਪੱਤੇ ਯਾ ਮਾਰਕਟ ਤੁਲਸੀ ਦਾ ਜੂਸ ਮਿਲਦਾ ਹੈ ਤੁਲਸੀ ਡਰਾਪਸ ਮਿਲਦੇ ਨੇ ਤੁਲਸੀ ਦੇ ਤੁਸੀਂ ਜਿਹੜੀ ਚਾਹ ਬਣਾਣੀ ਹੈ ਉਹਦੇ ਵਿੱਚ ਤੁਸੀਂ ਗ੍ਰੀਨ ਟੀ ਬਣਾਉਂਦੇ ਹੋ ਉਹਦੇ ਵਿੱਚ ਤੁਸੀਂ ਚੀਨੀ ਪਾ ਲੈਂਦੇ ਹੋ ਫਾਇਦਾ ਕੋਈ ਨਹੀਂ ਹੋਣਾ ਕੋਈ ਨਹੀਂ ਤੇ ਗ੍ਰੀਨ ਟੀ ਤੁਸੀਂ ਆਪਣੇ ਇਹਦੇ ਪੱਤੇ ਪਾ ਲਓ ਹਾਂ ਤੁਲਸੀ ਦੇ ਪੱਤੇ ਪਾ ਸਕਦੇ ਹੋ ਐਲੋਵੇਰਾ ਘੱਟ ਲੱਗੀ ਹੁੰਦੀ ਹੈ ਹਾਂਜੀ ਹੈਨਾ ਐਲੋਵੇਰਾ ਦਾ ਥੋੜਾ ਇੱਕ ਦੋ ਚਮਚਾ ਗੁੱਦਾ ਲੈ ਲਓ ਤੇ ਇਹ ਤੁਸੀਂ ਐਲੋਵੇਰਾ ਕੀ ਕਰੇਗੀ ਇਹ ਐਲਕਲਾਈਨ ਹੈ ਠੀਕ ਹੈ ਇਹ ਅਲਕਲਾਈਨ ਹੈ ਐਸਿਡ ਦੇ ਖਿਲਾਫ ਜਾਂਦੀ ਹੈਗੀ ਹੈ। ਅਲੋਵੀਰਾ ਦੇ ਸਬਜ਼ੀ ਵੀ ਕਈ ਲੋਕ ਬਣਾਉਂਦੇ ਲਾਉਂਦੇ ਹਨਾ ਤੇ ਕੰਫਰਕ ਗੱਲ ਉੱਥੇ ਆ ਗਈ ਹੁਣ ਆਪਾਂ ਅਗਰ ਨਿਵੇੜੀਏ ਕਿ ਇਹ ਯੂਰਿਕ ਐਸਿਡ ਜਿਹੜਾ ਹੈਗਾ ਇੱਕ ਐਸਿਡ ਹੈ ਜੋ ਕਿ ਇਹ ਕ੍ਰਿਸਟਲ ਫਾਰਮਸ ਵਿੱਚ ਮਿਲਦਾ ਹੈ ਦਾਣੇ ਦੇ ਫਾਰਮਸ ਵਿੱਚ ਮਿਲਦਾ ਹੈ ਇਹ ਸਾਡੇ ਜੋੜਾਂ 'ਚ ਜਾ ਕੇ ਜੰਮ ਜਾਂਦਾ ਹੈ ਸਾਡੇ ਜੋੜ ਦੁਖਣੇ ਸ਼ੁਰੂ ਹੋ ਜਾਂਦੇ ਨੇ ਖਾਸ ਕਰ ਛੋਟੇ ਜੋੜ ਪੈਰਾਂ ਦੇ ਹੱਥਾਂ ਦੇ ਠੀਕ ਹੈ ਸਮ ਟਾਈਮਸ ਨੀਂਦ 'ਚ ਵੀ ਆ ਜਾਂਦਾ ਹੈ ਪਰ ਛੋਟੇ ਜੋੜ ਨੂੰ ਪਕੜਦਾ ਇਹਨੂੰ ਆਪਾਂ ਗਾਊਟ ਕਹਿੰਦੇ ਹੁਣ ਇਹਨੂੰ ਆਪਾਂ ਸਭ ਨੂੰ ਦੱਸ ਦਿਆ ਕਿ ਡਾਈਟ ਤੇ ਕੀ ਨਹੀਂ ਖਾਣਾ ਆਯੁਰਵੇਦਿਕ ਤੁਹਾਨੂੰ ਦੱਸਦਾ ਹੈ ਬਿਲਕੁਲ ਕਾਫੀ ਮੈਂ ਖਲ ਬਿਲਕੁਲ ਕਾਫੀ ਹੈ ਤੇ ਹੁਣ ਤੁਸੀਂ ਫੋਲੋ ਤੁਸੀਂ ਕਰਨਾ ਹੈਗਾ ਡਾਕਟਰ ਸਾਹਿਬ ਨੇ ਇਨਾ ਆਪਣੀ ਜਿਹੜੀ ਜ਼ਿੰਦਗੀ ਉਹਨਾਂ ਨੇ ਜਿਹੜੀ ਲਾਈ ਹੈ ਇਸ ਕੰਮ ਦੇ ਵਿੱਚ ਆਯੁਰਵੇਦ ਦੇ ਵਿੱਚ ਤੇ ਡਾਈਟ ਦੇ ਵਿੱਚ ਇਹ ਡਾਈਟ ਕਿਹੜੀ ਖਾਣੀ ਕਿਹੜੀ ਨਹੀਂ ਖਾਣੀ ਆਯੁਰਵੇਦ ਦਾ ਕਿਹੜਾ ਤਰੀਕਾ ਹੈ ਯੂਰਿਕ ਐਸਿਨੂ ਠੀਕ ਕਰਨ ਦਾ ਤੇ ਜਿਨ੍ਹਾਂ ਨੂੰ ਵੀ ਇਹ ਸਮੱਸਿਆ ਹੈਗੀ ਹੈ ਉਹ ਜ਼ਰੂਰ ਇਹ ਪ੍ਰੋਗਰਾਮ ਸੁਣਨ ਤੇ ਕਿਉਂਕਿ ਇੱਕ ਜਿਹੜਾ ਹੈਗਾ ਲੋਕਾਂ ਦੀ ਹੈਲਪ ਦੇ ਲਈ ਆਪਣੇ ਦਰਸ਼ਕਾਂ ਦੀ ਸਾਰੇ ਲੋਕਾਂ ਦੀ ਹੈਲਪ ਦੇ ਲਈ ਦੇ ਲਈ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਤੇ ਅਸੀਂ ਜ਼ਰੂਰ ਹੋਰ ਕੋਈ ਪ੍ਰੋਗਰਾਮ ਅਸੀਂ ਨਹੀਂ ਕਹਿੰਦੇ ਸਿਰਫ ਖਾਣੇ ਵਾਲੇ ਪ੍ਰੋਗਰਾਮ ਕਹਿੰਨੇ ਆ ਕਿ ਤੁਸੀਂ ਅੱਗੇ ਸਾਂਝਾ ਕਰੋ ਜਿਨ੍ਹਾਂ ਨੂੰ ਵੀ ਇਹ ਸਮੱਸਿਆ ਹੈਗੀ ਹੈ ਉਹਨਾਂ ਲੋਕਾਂ ਦੇ ਨਾਲ ਤੁਸੀਂ ਇਹੋ ਜੇ ਪ੍ਰੋਗਰਾਮ ਨੇ ਜ਼ਰੂਰ ਸਾਂਝੇ ਕਰਿਆ ਕਰੋ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ ਸੋ ਅਗਲੇ ਸ਼ਨੀਵਾਰ ਅਸੀਂ ਫੇਰ ਖਾਲਸ ਡਾਈਟ ਦੇ ਅਗਲੇ ਭਾਗ ਦੇ ਨਾਲ ਤੁਹਾਨੂੰ ਮਿਲਾਂਗੇ ਇੱਕ ਹੋਰ ਨਵੇਂ ਟੌਪਿਕ ਤੇ ਡਾਕਟਰ ਸਾਹਿਬ ਟੌਪਿਕ ਦੱਸਣਾ ਆਪਾਂ ਕਿ ਅਗਲੀ ਵਾਰੀ ਦੱਸਾਂਗੇ ਕਿਹੜੇ ਤੇ ਕਰ ਰਹੇ ਸਸਪੈਂਸ ਰਹਿਣ ਦਿੰਦੇ ਅਗਲੀ ਵਾਰੀ ਸੀ ਬਿਲਕੁਲ ਸਸਪੈਂਸ ਰਹਿਣ ਦਿੰਦੇ ਆ ਸੋ ਅਗਲੇ ਸ਼ਨੀਵਾਰ ਆਪਾਂ ਫੇਰ ਮਿਲਾਂਗੇ ਦਾ ਟੀਵੀ ਤੇ ਖਾਲਸਤਾਈ ਦੇ ਨਾਲ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ